ਸਸਿਕਾ ਮੇਰੇ ਸਾਰੇ ਦੋਸਤੋ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮੈਥ ਦਾ ਪਾਰਟ ਨੰਬਰ 6 ਠੀਕ ਹੈ ਜੀ ਤੇ ਨੰਬਰ ਸਿਸਟਮ ਦਾ ਤੇ ਇਸ ਤੋਂ ਬਾਅਦ ਇੱਕ ਆਪਣਾ ਲੈਕਚਰ ਹੋਰ ਲੱਗਣਾਗਾ 7 ਪਾਰਟ ਕੱਲ ਨੂੰ ਠੀਕ ਹੈ ਇਸ ਤੋਂ ਬਾਅਦ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਅਸਾਈਨਮੈਂਟ ਬਣਾ ਕੇ ਸੈਂਡ ਕਰ ਦੂੰ ਤੇ ਨੰਬਰ ਸਿਸਟਮ ਦੀ ਤੁਸੀਂ ਅੱਜ ਤਿਆਰੀ ਕਰ ਲਿਓ ਜੋ ਕਿ ਨਾ ਸਮਝ ਆਉਗੀ ਉਹ ਆਪਾਂ ਸੰਡੇ ਨੂੰ ਇੱਕ ਆਪਾਂ ਜਿਹੜੀਆਂ ਮੈਥ ਦੀਆਂ ਪ੍ਰੋਬਲਮਾਂ ਆਈਆਂ ਉਹਦਾ ਇੱਕ ਸਪੈਸ਼ਲ ਲੈਕਚਰ ਲਾ ਲੈਣੇ ਹੁੰਦੇ ਆਗੇ ਉਹ ਸਾਰਿਆਂ ਵਾਸਤੇ ਲੱਗ ਜਾਂਦਾ ਕਿ ਉਹ ਆਪਾਂ ਐਂਡ ਤੇ ਲਾ ਲਾਂਗੇ ਸਾਰਿਆਂ ਦਾ ਠੀਕ ਹੈ ਜੀ ਇੱਕ ਰਹੀ ਹੈ ਸਮਝਣ ਵਾਲੀ ਗੱਲ ਇਹ ਦੂਜੀ ਗੱਲ ਵਿੱਚ ਬੱਚੇ ਮੈਨੂੰ ਕਮੈਂਟਾਂ ਦੇ ਵਿੱਚ ਕਹੀ ਜਾਂਦੇ ਆ ਕਿ ਫਲਾਨੀ ਚੀਜ਼ ਕਰਾ ਦਿਓ ਜੀ ਧਿੰਕੀ ਚੀਜ਼ ਕਰਾ ਦਿਓ ਆਮਕੀ ਚੀਜ਼ ਕਰਾ ਦਿਓ ਯਾਰ ਮੈਂ ਆਰੀ ਮਰਜ਼ੀ ਨਾਲ ਉਹ ਤਾਂ ਸਾਰਾ ਕੁਝ ਕਰਵਾ ਦੂੰਗਾ ਟੈਨਸ਼ਨ ਨਾ ਲੋ ਜੇ ਤੁਹਾਨੂੰ ਕੋਈ ਬਾਲੀ ਐਚ ਵੀ ਆ ਭਾਈ ਨੈਟ ਤੇ ਸਾਰਾ ਕੁਝ ਪਿਆ ਉੱਥੇ ਸਰਚ ਮਾਰ ਕੇ ਉੱਥੋਂ ਪੜ੍ਹ ਲਿਆ ਕਰੋ ਠੀਕ ਹੈ ਤੇ ਸਾਰਾ ਕੁਝ ਇੱਥਾਂ ਨਹੀਂ ਕੰਪਲੀਟ ਹੁੰਦਾ ਉਹਦਾ ਅਜਾਤ ਤਾਂ ਤੁਹਾਡੇ ਇਹ ਨਹੀਂ ਹੁੰਦੇ ਹੁਣ ਕੰਪਿਊਟਰ ਕਿਉਂ ਨਹੀਂ ਸ਼ੁਰੂ ਕਰ ਰਿਹਾ ਕੰਪਿਊਟਰ ਸ਼ੁਰੂ ਕਰ ਨਾ ਕੰਪਿਊਟਰ ਸ਼ੁਰੂ ਕਰਦਾ ਮੁਰ ਕੇ ਫਿਰ ਕਹੋਗੇ ਸਾਰੇ ਵਿੱਚ ਹਿਸਟਰੀ ਸਮਝ ਆਉਂਦੀ ਫ ਇੰਨਾ ਕੱਚ ਖਜੋੜਾ ਨਾ ਪਾਓ ਪਹਿਲੇ ਇੱਕ ਅੱਧੀ ਚੀਜ਼ ਨੂੰ ਨਿਬੇੜ ਲਓ ਠੀਕ ਹੈ ਇੱਕ ਅੱਧੀ ਚੀਜ਼ ਨੂੰ ਨਿਬੇੜ ਕੇ ਨੂੰ ਪਾਸੇ ਰੱਖ ਦੋ ਫਿਰ ਉਹੀ ਥਾਂ ਤੇ ਅਗਲਾ ਚੀਜ਼ ਸ਼ੁਰੂ ਕਰ ਲਓ ਠੀਕ ਹੈ ਰੀਜਨਿੰਗ ਆਪਾਂ ਦੋ ਹਫ਼ਤਿਆਂ ਦੇ ਵਿੱਚ ਵਿੱਚ ਸਾਰਾ ਸਲੇਵਰ ਕਰਵਾ ਦੂ ਤੁਹਾਨੂੰ ਰੀਜਨਿੰਗ ਦਾ ਠੀਕ ਹੈ ਦੋ ਟਾਈ ਹਫ਼ਤੇ ਦੇ ਵਿੱਚ ਆਪਾਂ ਰੀਜਨਿੰਗ ਸਾਰੀ ਫੇਰ ਦਾਂਗੇ ਕੰਪਲੀਟ ਕਰਾ ਦੂ ਸਾਡਾ ਤੁਹਾਨੂੰ ਇਹ ਸਲੇਵਰ ਠੀਕ ਹੈ ਹੁਣ ਆਪਾਂ ਟਾਈਮ ਨਹੀਂ ਬਰਬਾਦ ਕਰਦੇ ਜਿਆ ਸਵਾਲ ਸਮਝੋ ਸਭ ਤੋਂ ਪਹਿਲਾਂ ਇਹ ਸਵਾਲ ਬੱਚੋ SSC ਦੇ ਵਿੱਚ ਵੀ ਪੁੱਛਿਆ ਗਿਆ ਹੈਗਾ ਠੀਕ ਹੈ ਸਭ ਤੋਂ ਪਹਿਲੇ ਇਸ ਸਵਾਲ ਦੇ ਵਿੱਚ ਕਿਹੜਾ ਮੈਥਡ ਚੱਲਦਾ ਹੁੰਦਾ ਕਾਮਨ ਕੱਢਣ ਦਾ ਚੀਜ਼ ਨੂੰ ਚੀਜ਼ ਨੂੰ ਆਪਾਂ ਕਿਵੇਂ ਕਾਮਨ ਕੱਢਣਾ ਤੁਹਾਨੂੰ ਪਹਿਲੇ ਕਾਮਨ ਕੱਢਣੀ ਸਿਖਾਉਣਾ ਚਾਹੀਦਾ ਦੇਖੋ ਜਿਵੇਂ ਇੱਥੇ ਲਿਖਤਾ 2 ਲਿਖਤਾ 4 ਲਿਖਤਾ 6 ਲਿਖਤਾ ਕਿਸੇ ਨੇ ਇੱਥੇ ਲਿਖਤਾ 8 ਹੁਣ ਮੈਨੂੰ ਕਾਮਨ ਕੱਢਣਾ ਹੈ ਕਾਮਨ ਮੈਂ ਕਿਹੜਾ ਚੀਜ਼ਾਂ ਕੱਢੂ ਕਿਹੜੀ ਚੀਜ਼ ਜਿਹੜੀ ਤਿੰਨਾਂ ਦੇ ਪਹਾੜਿਆਂ ਦੇ ਪਹਾੜਿਆਂ ਦੇ ਪਹਾੜੇ ਚਾਰ ਰਹੀ ਹੈ ਦੋ ਆ ਰਹੀ ਹੈ ਨਾ ਜੋ ਕਾਮਨ ਕੱਢ ਲਿਆ 1 2 2 2 3 2 6 4 2 8 ਦੇਖੋ ਅਰਤੇ 6 14 14 ਦੇ 4 18 18 ਤੇ 4 5 6 7 8 9 10 10 ਬਣ ਗਿਆ 10 ਜੇਬ ਦੋ ਨਾਲ ਗੁਣਾ ਕਰਾਂਗੇ 20 ਠੀਕ ਹੈ ਜੀ ਛੋਟੀ ਜਿਹੀ ਚੀਜ਼ ਹੁੰਦੀ ਹੈ ਹਮੇਸ਼ਾ ਵਾਸਤੇ ਬੱਚੇ ਉਹਨੂੰ ਕਾਮਨ ਕੱਢ ਲਈਦਾ ਹੁੰਦਾ ਬਾਕੀਆਂ ਨੂੰ ਵਿੱਚ ਰੱਖ ਲਈਦਾ ਹੁੰਦਾ ਤੇ ਉਹੀ ਮੈਥਡ ਜਮਾ सेम ਤੁਸੀਂ ਵੀ ਸਵਾਲ ਦੇ ਵਿੱਚ ਸਵਾਲ ਨੂੰ ਇੱਕ ਦਿਨ ਮੈਂ ਕਹਿੰਦੀ ਨਾ ਰੱਟਾ ਲਾ ਕੇ ਯਾਦ ਕਰ ਲਓ ਕਿਵੇਂ ਕਰ ਲਓ ਰੱਟਾ ਲਾ ਕੇ ਸਵਾਲ ਨੂੰ ਯਾਦ ਕਰ ਲਓ ਕਿ ਦੂ ਬਾਅਦ ਭਾਈ ਪੁੱਤਰوں ਕੋਈ ਜੀਜ ਨਹੀਂ ਆਊਗੀ ਓਕੇ ਦੇਖੋ 400 ਕਾ 46 46 463 464 ਇਹ ਚੀਜ਼ ਦਾ ਕੀ ਮਤਲਬ ਹੈ ਬੱਚੋ ਇਹ ਚੀਜ਼ ਦਾ ਮਤਲਬ ਇਹ ਹੈਗਾ ਕਿ ਭਾਈ 4 ਨੂੰ ਤੁਸੀਂ ਪਹਿਲਾਂ 64 ਵਾਰੀ ਗੁਣਾ ਕਰਨੀ ਹੈ ਫਿਰ 64 ਨੂੰ ਤੁਸੀਂ 4 ਵਾਰੀ ਗੁਣਾ ਕਰਨੀ ਹੈ ਫਿਰ 4 ਨੂੰ 63 ਵਾਰੀ ਫਿਰ 4 ਨੂੰ 64 ਵਾਰੀ ਐਸਟ ਲੋੜ ਤੇ ਲਿਖ ਕੇ ਇਹਦੇ ਬਾਅਦ ਤੁਹਾਨੂੰ ਕਾਪੀ ਤਾਂ ਛੋਟੀ ਰਹੂਗੀ ਸੋ ਟੇਬਲ ਵੀ ਘੱਟ ਰਹੂਗਾ ਠੀਕ ਹੈ ਐਡਾ ਲੰਮਾ ਕਰਨ ਵਾਸਤੇ ਤਾਂ ਇਹਦੇ ਬਾਅਦ ਛੋਟੀ ਜਿਹੀ ਟ੍ਰਿਕ ਇਹ ਹੈ ਬੱਚੋ ਕਿ ਸਭ ਤੋਂ ਛੋਟੀ ਚੀਜ਼ ਜਿਹੜੀ ਉਹ ਕਾਮਨ ਕੱਢ ਲਓ 4 ਕੱਢ ਨੂੰ ਕਾਮਨ ਕੱਢ ਲਿਆ ਤੋ ਇਹਦੇ ਵਿੱਚ ਚੋਮੇ ਜਿਮੀ ਇੱਕ ਕਰ ਦੋ ਇੱਥੇ ਇੱਕਲਾ ਦੂਜੇ ਨੂੰ ਕਹਾਂਗੇ ਜੋ 400 4 ਪਾਵਰ 4 ਦੀ ਪਾਵਰ ਕੱਢ ਨੂੰ ਜਦੋਂ ਆਪਾਂ ਇੱਕ ਨਾਲ ਗੁਣਾ ਕਰਾਂਗੇ ਸੇਮ ਟੂ ਸੇਮ ਰਹੇ ਜੂਗਾ ਨਾ ਇੱਥੇ ਲਿਖ ਲਓ 4 12 ਤੇ ਕੱਢ ਤੇ ਕਿੰਨੀਆਂ ਪਾਵਰਾਂ ਦਾ ਫਰਕ ਹੈ 1 ਦਾ 63 ਤੇ ਕੱਢ ਦੇ ਵਿੱਚ ਕਿੰਨੀਆਂ ਪਾਵਰਾਂ ਦਾ ਫਰਕ ਹੈ 2 ਦਾ ਠੀਕ ਹੈ ਤੇ 64 ਤੇ ਕੱਢ ਦੇ ਵਿੱਚ ਕਿੰਨੀਆਂ ਪਾਵਰਾਂ ਦਾ ਫਰਕ ਹੈ 3 ਦਾ ਦੇਖੋ 4 ਕਾੜ ਦੇਖ ਲਿਆ 1 4 16 64 ਓਕੇ ਜੀ ਇਹ ਸਾਰਾ ਕੁਝ ਗੁਣਾ ਜੋੜ ਕਰਕੇ ਕਿੰਨਾ ਬਣ ਗਿਆ 46 ਆਪਣੇ ਕੋਲੇ ਬਣ ਗਿਆ ਬੱਚਿਓ 85 ਹੁਣ ਇਹ ਕਹਿੰਦੇ ਸੋਗੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਆਪਸ਼ਨ ਤੇ ਇਹ ਜਿਹੜੀ ਇੰਨੀ ਨਹੀਂ ਰਕਮ ਆ ਇਹ ਵੰਡੀ ਜਾਂਦੀ ਹੈ ਇਹਨਾਂ ਚਾਰਾਂ ਚੋਂ ਬੱਚਿਓ ਕਿਸੇ ਤੇ ਨਹੀਂ ਵੰਡੀ ਜਾਂਦੀ ਇਹਨੂੰ ਵੰਡਣ ਵਾਸਤੇ ਆਪਾਂ ਇਹਨੂੰ ਕਿਸੇ ਫਾਰਮ 'ਚ ਲੈ ਕੇ ਆਈਏ ਫਾਰਮ 'ਚ ਕੀ ਲੈ ਕੇ ਆਮਾਗੇ ਦੇਖੋ ਇੱਥੇ 46 ਹੈ 46 ਦਾ ਕੀ ਮਤਲਬ ਹੈ ਕਿ 4 ਨੂੰ ਇਸ ਤਰ੍ਹਾਂ ਤੇ 61 ਵਾਂ ਲਿਖਿਆ ਹੋਇਆ ਉਹਦੇ ਵਿੱਚੋਂ ਇੱਕ 4 ਆਪਾਂ ਥੱਲੇ ਤਾਰ ਲਾਂਦੇ ਇਹਦੇ ਨਾਲ ਤਾਰ ਲਓ 85 ਦੇ ਠੀਕ ਹੈ ਏ ਕੀ ਬਣ ਜੂਗਾ ਬੱਚਿਓ 4 ਦੀ ਪਾਵਰ 60 ਲੇ ਜੂਗੀ 85 ਗੁਣਾ 4 ਜਿਹੜਾ 85 ਦੇ ਆਪਾਂ 4 ਨਾਲ ਗੁਣਾ ਕਰਾਂਗੇ ਇਹ ਆ ਜੂਗਾ 80 ਕਿਉਂਕਾ 32 32 300 340 ਆ ਜੂਗਾ ਠੀਕ ਹੈ ਹੁਣ 340 ਇਹ ਕਿਹਦੇ ਵੰਡਿਆ ਜਾਂਦਾ 3 ਦੇ ਵੀ ਨਹੀਂ ਵੰਡਿਆ ਜਾਂਦਾ 11 ਦੇ ਵੀ ਨਹੀਂ ਵੰਡਿਆ ਜਾਂਦਾ 13 ਦੇ ਵੀ ਨਹੀਂ ਵੰਡਿਆ ਇਹ ਕਿਹਦੇ ਵੰਡਿਆ ਜਾਂਦਾ 10 ਦੇ ਵੰਡਿਆ ਜਾਂਦਾਗਾ ਤਾਂ ਬਟਾ 10 ਤੇ 34 ਆਨਸਰ ਆ ਜੂਗਾ ਇਹ ਸਵਾਲ ਨੂੰ ਤੁਸੀਂ ਕੀ ਕਰ ਲਓ ਇੱਕ ਤਰ੍ਹਾਂ ਇਹਦਾ ਯਾਦ ਕਰ ਲਓ ਇਹ ਸਵਾਲ ਨੂੰ ਠੀਕ ਹੈ ਇਹ ਨਾਲ ਦਾ ਜਮਾਂ ਸੇਮ ਟੂ ਸੇਮ ਰਕਮ ਵੀ ਤੁਹਾਨੂੰ ਸੇਮ ਟੂ ਸੇਮ ਮਿਲੂ ਪੇਪਰ ਦੇ ਵਿੱਚ ਓ ਦੇਖੋ ਕਿ ਨਾ ਜੇਕਰ ਇੱਕ n ਸਮ ਸੰਖਿਆ ਹੈ ਇੱਥੇ ਸਮ ਲਿਖਣਾ ਸੀ ਟਾਈਪਿੰਗ ਦੇ ਵਿੱਚ ਮਿਸਟੇਕ ਹੋਈ ਵੀ ਹੈ ਬੱਚਿਓ ਇੱਥੇ ਲਿਖਣਾ ਸੀ ਜੇਕਰ n ਇੱਕ ਸਮ ਸੰਖਿਆ ਹੈ ਸਮ ਦਾ ਮਤਲਬ ਕਿ ਜੇ n ਇੱਕ ਜੋਟੇ ਵਾਲੀ ਸੰਖਿਆ ਹੈ ਤਾਂ 6n 1 ਕਰਕੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਆਪਸ਼ਨ ਤੇ ਵੰਡਿਆ ਜਾਊਗਾ ਦੇਖੋ ਸਮ ਸੰਖਿਆ ਕਿਹੜੀਆਂ ਹੁੰਦੀਆਂ 2 4 6 8 12 14 ਲਿਮਟਡ ਅਲਿਮਟਡ ਹੈ ਠੀਕ ਹੈ ਸਭ ਤੋਂ ਛੋਟੀ ਸੰਖਿਆ ਲੈ ਕੇ ਦੇਖ ਲਈਏ ਆਪਾਂ n ਦੀ ਪੈਲੂ ਕਿੰਨੀ ਹੈ ਸਭ ਤੋਂ ਛੋਟੀ ਸੰਖਿਆ 2 ਮਣਸਿਕ ਕਰਦੇ ਆ ਕਿ ਨਾ ਮਣਕਾ 66 36 36 ਮਣਸਿਕ ਇਕਲ ਟੂ 35 35 ਦੇ ਵਿੱਚ ਕਿਹੜੀ ਆਪਸ਼ਨ ਦੇ ਬੰਦਾ ਜਾਂਦਾ ਸਸੇ ਤੇ ਤਾਂ ਸਸਾ ਆਪਣਾ ਆਨਸਰ ਆ ਗਿਆ ਪੁੱਤਰੋ ਠੀਕ ਹੈ ਤੇ ਇੱਥੇ ਕੁਝ ਵੀ ਦੇ ਸਕਦਾ ਬਸ ਇੱਕ ਨਾ ਤੁਸੀਂ ਸਵਾਲ ਘੜਾਉਂਦਾ ਮਤਲਬ ਇਹ ਹੁੰਦਾਗਾ ਕਿ ਤੁਸੀਂ ਇੱਕ ਤਰੀਕਾ ਸਮਝੋ ਕਿ ਸਵਾਲ ਕਿਵੇਂ ਨਿਕਲੂਗਾ ਠੀਕ ਹੈ ਤਰੀਕਾ ਸਮਝੋ ਕਦੇ ਬਾਅਦ ਸਵਾਲ ਨੂੰ ਨਾ ਸਮਝੋ ਸਵਾਲ ਦਾ ਤਰੀਕਾ ਸਮਝੋ ਇਸ ਤੋਂ ਬਾਅਦ ਅਗਲਾ ਆਪਣੇ ਕੋਲੇ ਆ ਗਿਆ ਆਹ ਇਹਦੇ ਵਿੱਚ ਕਹਿੰਦੇ ਸਾਨੂੰ ਇਹ ਦੱਸੋ ਭਾਈ ਜੀ 51 ਤੋਂ ਲੈ ਕੇ 52 53 54 ਐ ਕਰਦੇ ਕਰਦੇ ਸੀ 100 ਤੱਕ ਪਹੁੰਚ ਜਾਂਦੇ ਤਾਂ ਚਾਰਾਂ ਦਾ ਸਾਨੂੰ ਜੋੜ ਕਰਕੇ ਦੱਸੋ ਕਿੰਨਾ ਆਊਗਾ ਸਾਰਿਆਂ ਦਾ ਦੇਖੋ ਇਹਦੇ ਵਾਸਤੇ ਆਪਾਂ ਨੂੰ ਚਾਹੀਦਾ ਟਾਈਮ ਬਾਲਾ ਇਸ ਵਾਸਤੇ ਆਪਾਂ ਕੀ ਕਰੀਏ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਤਾ ਕਰਨਾ ਪਊ ਬੱਚਿਓ 1 ਤੋਂ ਲੈ ਕੇ 50 ਤੱਕ 1 ਤੋਂ ਲੈ ਕੇ 50 ਤੱਕ ਦਾ ਸਭ ਦਾ ਜੋੜ ਪਤਾ ਕਰਨਾ ਪਊਗਾ ਫਿਰ ਆਪਾਂ ਨੂੰ ਜੋੜ ਕਰਨਾ ਪਤਾ ਪਊਗਾ 51 ਤੋਂ ਲੈ ਕੇ 100 ਤੱਕ ਦਾ ਫਿਰ ਆਹਾ ਆਪਾਂ ਨੂੰ ਇਹਦੇ ਚ ਘਟਾਉਣਾ ਪਊਗਾ ਫਿਰ ਆਪਣੇ ਕੋਲੇ ਕੀ ਆਊਗਾ ਆਨਸਰ ਆਊਗਾ ਇਦੇ ਵਾਸਤੇ ਇੱਕ ਫਾਰਮੂਲਾ ਬੱਚਿਓ ਫਾਰਮੂਲਾ ਕਿਹੜਾ ਹੈਗਾ n n 1 2 ਇਹ ਫਾਰਮੂਲੇ ਨਾਲ ਆਪਣਾ ਸਾਰਾ ਸਵਾਲ ਕਲੀਅਰ ਹੋ ਜਾਣਾ ਦੇਖੋ ਸਭ ਤੋਂ ਪਹਿਲਾਂ ਆਪਾਂ ਇੱਕ ਤੋਂ ਲੈ ਕੇ 50 ਤੱਕ ਪਤਾ ਕਰੀਏ ਜਿਹੜੀ n ਹੁੰਦੀ ਹੈ ਬੱਚਿਓ ਇਹ ਹੁੰਦੀ ਹੈ n ਵਾਲੀ ਰਕਮਾਂ ਠੀਕ ਹੈ ਜੀ n ਵਾਲੀ ਰਕਮਾਂ ਹੁੰਦੀ ਹੈ ਦੇਖੋ n ਕਿੰਨੀ ਹੈ ਆਪਣੇ ਕੋਲੇ ਪਹਿਲਾਂ ਆਪਾਂ ਇੱਕ ਤੋਂ ਲੈ ਕੇ 50 ਤੱਕ ਪਤਾ ਕਰਦੇ ਹਾਂ 50 n ਦੇ ਵਿੱਚ 50 ਇੱਥੇ 50 ਜੋੜ ਤੇ 50 ਦੇ 1 ਫਾਰਮੂਲੇ ਜੇ ਬਣ ਗਿਆ 51 ਇੱਥੇ ਗੁਣਾ ਹੋਊਗੀ 50 51 2 ਜਿਦਾਂ ਆਪਾਂ 50 51 ਕਰਾਂਗੇ ਠੀਕ ਹੈ ਜੀ ਜਿਦਾਂ 50 51 ਕਰਾਂਗੇ ਕਿੰਨਾ ਬਣ ਜੂਗਾ ਦੇਖੀ ਕਰਕੇ ਆਪਾਂ 50 51 ਕਰਾਂਗੇ 050 2550 ਬਣ ਜੂ ਬੱਚਿਓ ਇਹ 2550ਾਂ ਚੋਂ 2550 ਨੂੰ ਹੁਣ ਆਪਾਂ ਵੰਡਣਾ 2 ਤੇ ਜਦੋਂ 2550 ਨੂੰ ਆਪਾਂ 2 ਤੇ ਵੰਡਿਆ ਇਹ ਕਿੰਨਾ ਬਣ ਗਿਆ ਇਹ ਬਣ ਜੂਗਾ ਜੀ ਆਪਣੇ ਕੋਲੇ 1275 1275 ਬਣ ਜੂ ਇਹਨੂੰ 25 ਘਟੇ ਇੱਕ ਮਿੰਟ ਦੇਖ ਕਾ ਜੂਗਾ ਤੇ ਤੇ ਦੋਸਤਾਂ ਤੇ ਠੀਕ ਹੈ ਠੀਕ ਹੈ ਜੀ 1275 ਬਣ ਜੂਗਾ ਇਹਦਾ ਇਹਦੇ ਮਤਲਬ 105 1 ਤੋਲੇ ਕੇ 50 ਤੱਕ ਜੋੜਤਾ ਆਪਾਂ ਨੂੰ ਪਤਾ ਲੱਗ ਗਿਆ ਕਿੰਨਾਗਾ 1275 ਠੀਕ ਹੈ ਜੀ 1275 ਹੁਣ ਆਪਾਂ ਪਤਾ ਕਰਨਾਗਾ 51 ਤੋਂ ਲੈ ਕੇ 100 ਤੱਕ ਸੇਮ ਟੂ ਸੇਮ ਫਾਰਮੂਲੇ ਦੇ ਵਿੱਚ ਕੰਮ ਕਰੂਗਾ n n 1 ਦੇਖੋ n ਕਿੰਨੀ ਆਪਣੇ ਕੋਲੇ 100 n 1 ਕਿੰਨਾ ਹੋ ਗਿਆ 101 ਵਟਾ ਕਿੰਨਾ ਲੱਗ ਗਿਆ 2 ਓਕੇ ਜੀ 100 1010 ਬੱਚਿਓ ਆਪਾਂ ਕਰਾਂਗੇ ਤਾਂ ਆਪਣੇ ਕੋਲੇ ਕੀ ਆਜੂਗਾ ਆਪਣੇ ਕੋਲੇ ਆਜੂਗਾ 100 ਦੀ 100 100 ਦੀ 101 ਨਾਲ ਕੀਤੀ 00100 0 ਇਹ ਬਣ ਜੂਗਾ 10100 ਨੂੰ ਆਪਾਂ ਦੋ ਤੇ ਵੰਡਾਂਗੇ ਤਾਂ 50 ਇੱਧਰ ਆਗੇ ਤਾਂ ਇਹ ਬਣ ਜੂਗਾ ਆਪਣੇ ਕੋਲੇ ਜੀ 50 50 ਠੀਕ ਹੈ ਜੀ ਬਣ ਜੂ 50 50 ਹੁਣ ਆਕਮਾਂ ਜਦੋਂ ਲੇਖਾ ਸੌਤਾ ਅਗਰੀ ਵੈਲਿਊ ਕਿੰਨੀ ਆ ਗਈ 50 50 ਇੱਕ ਤੋਂ ਲੇਖਾ 50 ਤੱਕ ਅਗਰੀ ਵੈਲਿਊ ਕਿੰਨੀ ਸੀ 12 75 ਹੁਣ ਆਪਾਂ 50 50 ਦੇ ਵਿੱਚੋਂ 12 75 ਮਾਈਨਸ ਕਰ ਦਨੇ ਇੱਧਰ ਬਚ ਗਿਆ 5 ਇੱਧਰ ਬਚ ਗਿਆ ਸੀ 4 ਇੱਧਰ ਲੈ ਲਿਆ ਹਸਾ 14 ਚੋਂ 7 ਗੱਡੇ 7 75 ਕਿਹਦੇ ਮਗਰ ਆ ਰਿਹਾ 75 ਆ ਰਿਹਾ 2 ਦੇ ਮਗਰ ਠੀਕ ਹੈ ਇੱਧਰ ਰਹਿ ਗਏ ਸੀ 9 9 8 7 775 ਕਿਹਦੇ ਮਗਰ ਆ ਰਿਹਾ ਇਹਦੇ ਮਗਰ ਆ ਰਿਹਾ ਤਾਂ ਆਨਸਰ ਆ ਗਿਆ ਬੱਚੋ ਆਪਣਾ ਸੱਸਾ ਆਪਸ਼ਨ ਪਹਿਲਾਂ ਤਾਂ 1 ਤੋਂ ਲੈ ਕੇ 50 ਤੱਕ ਪੂਰਾ ਕਰੋ ਫਿਰ 51 ਤੋਂ ਲੈ ਕੇ 100 ਤੱਕ ਪੂਰਾ ਕਰੋ ਕਈ ਵਾਰ ਹੋਣਾ ਡਾਇਰੈਕਟ ਕਿਤੋਂ ਲੈ ਕੇ 50 ਤੱਕ ਹੀ ਪੁੱਛ ਸਕਦੇ ਆ ਤਾਂ ਤੁਸੀਂ ਡਾਇਰੈਕਟ ਫਾਰਮੂਲਾ ਲਾ ਦਿਓ 50 51 2 ਠੀਕ ਹੈ ਇਹ ਸਵਾਲ ਦੇ ਵਿੱਚ ਆਹੀ ਫਾਰਮੂਲਾ ਚੱਲਣਾਗਾ n n 1 ਠੀਕ ਹੈ ਇੱਥੇ ਗੁਣਾ ਦੀ ਨਿਸ਼ਾਨੀ ਨਹੀਂ ਹੁੰਦੀ ਬਚਾ ਲਈ ਇਸ ਤੋਂ ਬਾਅਦ ਅਗਲਾ ਆਪਰੇਸ਼ਨ ਆ ਗਿਆ ਜੀ 4 ਨੰਬਰ ਵਾਲਾ ਆਪਾਂ ਨੂੰ 4 ਨੰਬਰ ਦੇ ਵਿੱਚ ਉਹਨੇ ਪੁੱਛ ਲੱਗੀ ਭਾਈ 11 ਦਾ ਵੀ ਸਕੁਅਰ ਕਰੋ 12 ਦਾ ਵੀ ਸਕੁਅਰ ਕਰੋ 13 ਦਾ ਵੀ ਸਕੁਅਰ ਕਰੋ 14 ਦਾ ਵੀ ਸਕੁਅਰ ਕਰੋ ਐਂ ਤਾਂ ਕਰਕੇ 20 ਤੱਕ ਸਕੁਅਰ ਕਰੋ ਤੇ ਫੇਸਾਂ ਨੂੰ ਵੀ ਆਨਸਰ ਦੱਸੋ ਦੇਖੋ ਬੱਚੋ ਇਹਦੇ ਦੋ ਤਰੀਕੇ ਐ ਕਰਨ ਦੇ ਇਹ ਤੁਸੀਂ ਐ ਕਰੋ ਜੇ ਥੋੜੇ ਮੈਨੂੰ ਦੱਸਿਆ ਜੇ ਸਾਡੇ ਯਾਦ ਆਗਾ ਸਭ ਤੋਂ ਸੌਖਾ ਤਰੀਕਾ ਦੱਸਦਾ ਪੰਜਾਬੀਆਂ ਵਾਲਾ ਜੇ ਤਾ ਨੂੰ ਕਿਹਾ ਜੇ ਮੈਂ ਤੁਹਾਨੂੰ ਕਿ ਸਕੁਅਰ ਯਾਦ ਕਰ ਲਓ 11 ਤੋਂ ਲੈ ਕੇ 20 ਤੱਕ ਜਿਹੜਾ ਆਪਣੇ ਸਕੁਅਰ ਯਾਦ ਦੇਖੋ 11 11 121 12 12 144 13 13 169 ਠੀਕ ਹੈ 14 14 196 15 15 225 ਠੀਕ ਹੈ ਐਂ ਕਰਕੇ 16 16 256 17 17 289 18 18 324 19 19 361 ਇਹਨਾਂ ਸਾਰਿਆਂ ਨੂੰ ਜੋੜ ਦਿਓ ਇੰਨਾ ਸਾਰੇ ਨੂੰ ਜੋੜ ਦੋ ਜੋੜ ਕੇ ਜਿਹੜਾ ਆਪਣੇ ਕੋਲ ਆਨਸਰ ਆਜੂਗਾ ਬਿਲਕੁਲ ਸਹੀ ਆਜੂਗਾ ਇੱਕ ਤਾਂ ਇਹ ਤਰੀਕਾ ਹੈਗਾ ਠੀਕ ਹੈ ਜੀ ਦੂਸਰਾ ਕਈ ਵਾਰ ਇਹ ਹੋਏ ਐ ਕਰ ਦਦੇ ਇੱਥੇ ਤਾਂ ਇਹ ਪੁੱਛ ਲੈ 11 ਤੋਂ ਲੈ ਕੇ 20 ਤੱਕ ਦਾ ਸਕੁਅਰ ਕਈ ਵਾਰ ਇਹ ਵੱਡਾ ਸਕੁਅਰ ਪੁੱਛ ਲੈਣ ਫਿਰ ਉਹ ਚ ਆਪ ਨੂੰ ਪ੍ਰੋਬਲਮ ਆਜੂਗੀ ਠੀਕ ਹੈ ਜੀ ਫਿਰ ਉਹਦੇ ਵਿੱਚ ਆਪ ਨੂੰ ਕੀ ਹੋਜੂਗਾ ਉਹ ਚ ਆਪਾਂ ਨੂੰ ਬਹੁਤ ਜ਼ਿਆਦਾ ਔਖਾ ਹੋਜੂਗਾ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਉਹ ਦੇਖੋ ਇਹਦਾ ਵੀ ਸੇਮ ਟੂ ਇਹਦੇ ਜਿਵੇਂ ਆਪਾਂ ਫਿਰ ਸੇਮ ਟੂ ਸੇਮ ਹੀ ਚੱਕਾਂਗੇ ਇਹਦੇ ਪਹਿਲਾਂ ਆਪਾਂ ਪਤਾ ਕਰਾਂਗੇ 1 ਤੋਂ ਲੈ ਕੇ 10 ਤੱਕ ਠੀਕ ਹੈ ਜੀ ਫਿਰ ਕਰਾਂਗੇ ਆਪਾਂ 11 ਤੋਂ ਲੈ ਕੇ 20 ਤੱਕ ਦਾ ਪਤਾ ਠੀਕ ਹੈ ਜੀ ਫਿਰ ਦੋਨਾਂ ਦਾ ਪਤਾ ਕਰਕੇ ਉਹਨੂੰ ਮਾਈਨਸ ਕਰ ਦਾਂਗੇ ਆਪਣੇ ਕੋਲੇ ਜਿਹੜੀ ਵੱਧ ਹੋਊਗੀ ਉਹ ਬਚ ਚੁਗੀ ਜੇ ਤਾਂ ਇੱਕ ਦੇ ਤਰੀਕਾ ਇੱਕ ਜਿਹੜਾ ਤਰੀਕਾ ਤੁਹਾਨੂੰ ਮੈਂ ਦੱਸਿਆ ਉਹ ਉਹ ਹੈ ਠੀਕ ਹੈ ਉਹ ਮੈਂ ਜਿਸ ਤਰੀਕੇ ਮੈਂ ਕਹਣਾ ਕਿ ਤੁਸੀਂ ਪਹਿਲਾ ਨਾ ਤਰੀਕਾ ਉਹ ਵੀ ਯਾਦ ਰੱਖੋ ਕਿਉਂਕਿ ਉਹ ਡਾਇਰੈਕਟ ਜੋੜ ਕਰਕੇ ਆਨਸਰ ਆ ਜਾਊਗਾ ਇਹਦਾ ਫਾਰਮੂਲਾ ਹੈਗਾ ਉਹ ਫਾਰਮੂਲਾ ਕੀ ਹੈ ਬੱਚੋ ਦੇਖੋ 1/6 n n+1 ਠੀਕ ਹੈ ਜੀ 2n+1 ਹੁਣ ਆਪਾਂ ਪਤਾ ਕਰਨਾਗਾ 1 ਸਕੁਅਰ ਤੋਂ ਲੈ ਕੇ 2 ਸਕੁਅਰ ਤੋਂ ਲੈ ਕੇ .n 10 ਸਕੁਅਰ ਤੱਕ ਇਹ ਦੋ ਵਾਰ ਆਪਾਂ 11 ਤੋਂ 20 ਤੱਕ ਪਤਾ ਕਰਾਂਗੇ ਇੱਥੋਂ ਦੇਖ ਕੇ ਪਤਾ ਕਰੀਏ ਆਪਾਂ ਹੁਣ ਇਹ ਕਿਵੇਂ ਪਤਾ ਕਰਾਂਗੇ 1/6 ਦਾ ਫਾਰਮੂਲੇ ਦੇ ਵਿੱਚ ਇਹ n ਕਿੰਨੀ ਹੈ n ਤੁਹਾਨੂੰ ਹਮੇਸ਼ਾ ਕਿਹਾ ਗਿਆ ਹੈ ਕਿ n ਵਾਲੀ ਸੰਖਿਆ n ਹੁੰਦੀ ਹੈ n ਠੀਕ ਹੈ ਤੇ ਇਹ ਦੂਬਰ n ਦੇ ਵਿੱਚ ਇੱਕ ਜੋੜਿਆ 11 ਇਸ ਤੋਂ ਬਾਅਦ ਇੱਥੇ 10 ਲਾਇਆ ਸੀ n c d ਆਪਣੇ ਕੋਲ ਦਾ ਦੋਣਾ 20 1 21 ਠੀਕ ਹੈ ਇਹ ਚੀਜ਼ ਬਣ ਗਈ ਆਪਣੇ ਕੋਲੇ 1 ਤੋਂ ਲੈ ਕੇ 10 ਤੱਕ ਦੀ ਇਹਨੂੰ ਹੁਣ ਆਪਾਂ ਕੱਟਖਟਾਈ ਕਰਾ ਦਈਏ ਜੀ ਠੀਕ ਹੈ ਦੇਖੋ ਕੱਟਖਟਾਈ ਤਾਂ ਕਰਾ ਦਾਂਗੇ ਆਪਾਂ ਇਸ ਤੋਂ ਬਾਅਦ ਕਰਦੇ ਆਪਾਂ ਮਾਈਨਸ ਠੀਕ ਹੈ ਮਾਈਨਸ ਆਪਾਂ ਦੂਸਰਾ ਵੀ ਕਰ ਹੀ ਦਈਏ ਹੁਣ ਦੂਸਰਾ ਕਿਹੜਾ ਆਪਣੇ ਕੋਲ 11 ਤੋਂ ਲੈ ਕੇ 20 ਤੱਕ n ਕੀ ਆ ਗਈ 20 ਆ ਗਈ n ਤੇ ਫਾਰਮੂਲੇ ਦੇ ਵਿੱਚ ਕੀ ਆ ਗਿਆ ਫਿਰ ਦੁਬਾਰੇ ਫਿਰ ਫਾਰਮੂਲਾ n n ਕਿੰਨੀ ਸੀ b ਇੱਕ ਵਿੱਚ ਜੋੜਤਾ 21 ਠੀਕ ਹੈ ਜੀ b 40 41 ਇਹਨਾਂ ਦਾ ਹੁਣ ਇਹ ਕੰਮ ਰਹਿ ਗਿਆ ਬੱਚੋ ਸੋਡਾ ਤੁਸੀਂ ਵਿੱਚ ਬੱਚੇ ਕਹਿੰਦੇ ਮੈਨੂੰ ਦੱਸੋ ਕਿਵੇਂ ਆਊਗਾ ਦੇਖੋ ਸਾਰਾ ਕੁਝ ਉਹਨੂੰ ਹੱਲ ਕਰਕੇ ਦੇਤਾ ਹੁਣ ਇਹਨੂੰ ਆਪਸ ਦੇ ਵਿੱਚ ਕੱਟੋ ਤੇ ਗੁਣਾ ਲੈ ਕੇ ਆਓ ਤੇ ਇਹਨੂੰ ਆਪਸ ਦੇ ਵਿੱਚ ਕੱਟ ਕੇ ਜਿਹੜਾ ਆਨਸਰ ਆਊਗਾ ਉਹਨੂੰ ਤੁਸੀਂ ਚੱਲ ਐਂ ਕਰ ਦੋਗੇ ਵੀ ਤੇ ਥੱਲੇ ਲਿਖ ਦੇ ਹਾਂ ਠੀਕ ਹੈ ਇਹਨੂੰ ਆਪਸ ਵਿੱਚ ਹੱਲ ਕਰੋ ਇਹਨੂੰ ਇਹਨਾਂ ਨੂੰ ਹੱਲ ਕਰਕੇ ਆਪਸ ਦੇ ਵਿੱਚ ਜਿਹੜਾ ਆਨਸਰ ਆਊਗਾ ਉਹਨੂੰ ਮਾਈਨਸ ਕਰ ਦਿਓ ਆਪਣੇ ਕੋਲੇ ਆਨਸਰ ਆ ਜਾਊਗਾ ਠੀਕ ਹੈ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸਾਰਾ ਕੁਝ ਤੁਹਾਨੂੰ ਮੈਂ ਕਰਕੇ ਦੇਤਾ ਠੀਕ ਹੈ ਆ ਤੁਸੀਂ ਕੱਟ ਕੇ ਤੁਸੀਂ ਆਨਸਰ ਨਹੀਂ ਲਿਹਾਉਣਾ ਤੁਸੀਂ ਆਨਸਰ ਵੀ ਸਾਨੂੰ ਦੱਸਣਾ ਕਿ ਕੀ ਹੁੰਦਾ ਇਹਦਾ ਆਨਸਰ ਹੁੰਦਾ ਆੜਾ ਇਹ ਤੁਸੀਂ ਆਪ ਕੱਢਣਾ ਹੋਣਾ ਹੁਣ ਆ ਕੇ ਆਪਣੇ ਕੋਲੇ ਪੰਜਵਾਂ ਸਵਾਲ ਇਹ ਕਹਿੰਦੇ ਜਦੋਂ ਆਪਾਂ 1² 2² 3² ਕਰਦੇ ਹਾਂ ਤਾਂ ਆਪਣੇ ਕੋਲੇ ਕਹਿੰਦੇ ਆਨਸਰ ਭਾਈ 2870 ਆ ਜਾਂਦਾ ਹੈ ਕਹਿੰਦੇ ਜੇ ਆਪਾਂ 2 ਦਾ² 4 ਦਾ² 6 ਦਾ² 18^2 40^2 ਕਰੀ ਤਾਂ ਆਪਣੇ ਕੋਲ ਆਨਸਰ ਕਿੰਨਾ ਆਊਗਾ ਕਹਿੰਦੇ ਇਹ ਦੱਸੋ ਠੀਕ ਹੈ ਬੱਚੋ 2870 ਤਾਂ ਆਪਣੇ ਕੋਲ ਆਈ ਪਿਆ ਇਹਨੂੰ ਤਾਂ ਇੱਕ ਪਾਸੇ ਰੱਖ ਲਓ ਹੁਣ ਆਪਾਂ ਆ ਚੀਜ਼ ਦਾ ਹੱਲ ਕਰਨਾ ਇਹਦੇ ਵਾਸਤੇ ਕੀ ਕਰੀਏ ਆਪਾਂ 2^2 4^2 ਦਿੱਤਾ ਪਿਆ ਆਪਾਂ ਇਹਦੇ ਚ ਕੀ ਕਰੀਏ ਆਪਾਂ 2^2 ਕਾਮਨ ਕੱਢ ਲਓ ਇਹਦੇ ਚ ਕੀ ਕਰ ਲਓ 2^2 ਆਪਾਂ ਇਹਦੇ ਚ ਜਿਵੇਂ ਦਿੱਤਾ ਹੋਇਆ ਇਹਦੇ ਚ ਆਪਾਂ 2^2 ਕਾਮਨ ਕੱਢ ਲਿਓ ਜੋ 2^2 ਆਪਾਂ ਕਾਮਨ ਕੱਢ ਲਿਆ ਤਾਂ ਵਿੱਚ ਕੀ ਰਹਿ ਗਿਆ 1^2 2^2 ਪਲਸ 10 ਸਕਰ ਕਹਿਣਾ ਉਧਰ ਬੱਚੋ ਆ ਚੀਜ਼ ਨਹੀਂ ਬਣ ਰਹੀ ਇੱਥੇ ਠੀਕ ਹੈ ਆ ਚੀਜ਼ ਬਣ ਗਈ ਨਾ 4 ਸਕਰ ਬਣ ਜੂ 5 ਐ ਕਰਕੇ 20 ਸਕਰ ਤੱਕ ਬਣ ਜੂਗਾ ਤੇ ਬਸ ਆਪ ਨੂੰ ਪਤਾ ਹੈ ਇੰਨੀ ਚੀਜ਼ ਦੀ ਵੈਲਿਊ ਕਿੰਨੀ ਆ ਜੂਗੀ ਇੱਥੇ 2870 ਆਪ ਆਪਰ ਕਾਢੀ ਲਿਆ ਕਾਮਨ ਕੱਢ ਕੇ 2 2 ਣੀ 4 ਤੇ ਚੁੱਕ ਕਰਕੇ 2870 ਦੀ 4 ਨਾਲ ਗੁਣਾ ਕਰ ਦਿਓ 7 ਛੋਂ ਦਾ 28 8 ਛੋਂ ਦਾ 32 33 34 8 9 10 11 11480 ਬੱਚੋ ਆਪਣਾ ਆਨਸਰ ਆ ਗਿਆ ਠੀਕ ਹੈ ਅੱਧੇ ਬੱਚੇ ਨੂੰ ਸਵਾਲ ਨਹੀਂ ਸਮਝ ਆਇਆ ਹੁਣ ਦੁਬਾਰੇ ਫੇਰ ਸਮਝ ਲਓ ਪੁੱਤਰੋ ਕਿਵੇਂ ਆਊਗਾ ਇੰਨੀ ਦੀ ਵੈਲਿਊ ਤਾਂ ਇਹਨਾਂ ਨੇ ਆਪ ਨੂੰ ਦੇ ਦਿੱਤੀ 2870 ਦਿੱਤੀ ਨਾ ਆ ਬਿੰਦੂ ਨਾਲ ਪਾਸੇ ਕਮਾਸੇ ਰੱਖ ਲਓ ਭਾਈ 2870 ਇਹ ਕਹਿੰਦੇ ਸਾਨੂੰ ਆਇਆ ਦੱਸੋ ਕਿ ਜੇ ਆਪਾਂ 2 ਦਾ ਸਕੁਅਰ 4 ਦਾ ਸਕੁਅਰ 6 ਦਾ ਸਕੁਅਰ ਅਸੀਂ 40 ਤੱਕ ਕਰੀਏ ਤਾਂ ਕਿੰਨਾ ਅਨਸਰ ਆਊਗਾ ਦੇਖੋ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ 2 ਸਕੁਅਰ 4 ਸਕੁਅਰ 6 ਸਕੁਅਰ ਆਪ ਨੂੰ ਦਿੱਤਾ ਤਾਂ ਇਹਦੇ ਚ ਆਪਾਂ ਕਾਮਨ ਕੱਢਣੀ ਹੈ ਕਾਮਨ ਕਿਹੜੇ ਕੱਢਣੀ ਜੀ ਸਭ ਤੋਂ ਛੋਟੀ ਹੁੰਦੀ ਹੈ ਸਭ ਤੋਂ ਛੋਟੀ ਕਿਹੜੀ ਆ ਆਹ ਇਹਨੂੰ ਆਪਾਂ ਕਾਮ 2^3 ਕਹਿੰਦਾ ਮਤਲਬ ਕੀ ਜੀ ਆ ਚੀਜ਼ ਆ ਬੱਚੋ ਆ ਚੀਜ਼ ਬਣ ਜੂਗੀ ਇਹ ਇਹਦੀ ਵੈਲਿਊ ਆਪ ਨੂੰ ਪਤਾ ਹੈ ਕਿੰਨੀ ਹੈ ਸਾਰੇ ਜੀ 2870 ਹੈ 20 ਤੱਕ ਤੇ ਐਂਡ ਤੇ ਜਿਹੜਾ ਬੰਨ ਨਾ ਐਂਡ ਤੇ ਕਰਦੇ ਕਰਦੇ ਆ ਹੀ ਬਣੀ ਜਾਣਾ ਇਹ ਤਾਂ ਕਰਕੇ ਜਿਹੜਾ ਆਪਾਂ ਬਾਹਰ ਕਾਮਨ ਕੱਢਿਆ 2 2 ਨਹੀਂ 4 ਬਣ ਗਿਆ ਨਾ ਇਹ ਬਸ ਇਹ ਚਾਰ ਨਾਲ ਡਾਇਰੈਕਟ ਗੁਣਾ ਕਰ ਦੋ ਆਪਣੇ ਕੋਲ 104 80 ਆਨਸਰ ਆ ਜਾਊਗਾ ਬੱਚੋ ਇਹ ਸਵਾਲ ਆ ਹੀ ਨਿਕਲਦੇ ਹੁੰਦੇ ਆ ਠੀਕ ਹੈ ਇਹ ਸਵਾਲ ਆ ਹੀ ਨਿਕਲਣਗੇ ਇਤੋਂ ਸੌਖਾ ਟਰਿਕ ਇਹਦਾ ਕੋਈ ਨਹੀਂ ਹੈਗਾ ਪ੍ਰੈਕਟਿਸ ਕਰੋ ਇੱਕ ਸਵਾਲ ਨੂੰ ਚਾਰ ਚਾਰ ਵਾਰੀ ਕੱਢੋ ਆਟੋਮੈਟਿਕ ਹੀ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਬ ਠੀਕ ਹੈ ਇਸ ਤੋਂ ਬਾਅਦ ਆ ਗਿਆ ਸਵਾਲ ਆਹ ਇਸ ਸਵਾਲ ਚ ਕੀ ਪੁੱਛਿਆ ਇਹਨਾਂ ਨੇ ਕਹਿੰਦੇ ਸੱਤ ਦਾ ਸਥਾਨੀਆ ਅਤੇ ਜਾਤੀਆ ਮਾਣ ਦੇ ਵਿੱਚ ਅੰਤਰ ਦੱਸੋ ਠੀਕ ਹੈ ਸੱਤ ਦੇ ਸਥਾਨੀਆ ਤੇ ਜਾਤੀਆ ਮਾਣ ਦੇ ਵਿੱਚ ਅੰਤਰ ਦੱਸੋ ਦੇਖੋ ਸਥਾਨੀਆ ਮਾਣ ਪੁੱਤੋ ਉਹ ਹੁੰਦਾ ਜਿੱਥੇ ਵੀ ਕਿਤੇ ਇਹਨਾਂ ਨੇ ਨਾ ਸੱਤ ਦਾ ਪੁੱਛਿਆ ਹੈ ਇੱਥੇ ਨੇ ਮਿਸਿੰਗ ਹੋਈ ਵੀ ਹੈ ਇਹਨੇ ਪੁੱਛਿਆ ਕਿ 8743 ਦੇ ਸੱਤ ਦਾ ਵਿੱਚ ਸੱਤ ਜਿਹੜਾ ਸੱਤ ਅੰਕ ਹੈ ਜਿਹੜਾ ਉਹਦਾ ਸਾਨੂੰ ਸਥਾਨੀਆਂ ਤੇ ਜਾਤੀਆਂ ਮਾਨ ਦੱਸੋ ਦੇਖੋ ਬੱਚਿਓ ਇਹਦੇ ਵਿੱਚ ਇਹਨਾਂ ਦੇਖਿਆ ਕਿ 7 ਦਾ ਸਥਾਨੀਆਂ ਜਾਂ ਜਾਤੀਆਂ ਮਾਨ ਦੱਸੋ ਕਾਸੇ ਦਾ ਵੀ ਪੁੱਛ ਸਕਦੇ ਇਹਨਾਂ ਦੇ ਵਿੱਚੋਂ 9 ਦਾ ਵੀ ਪੁੱਛ ਸਕਦੇ 4 ਦਾ ਵੀ ਪੁੱਛ ਸਕਦੇ ਠੀਕ ਹੈ ਜਿਹੜਾ ਵੀ ਇਹਨਾਂ ਨੇ ਸਥਾਨੀਆਂ ਮਾਨ ਪੁੱਛਿਆ ਪੁੱਤ ਉਹ ਚੱਕ ਲਓ ਕਿੰਨਾ ਪੁੱਛਿਆ 7 ਚੱਕਿਆ 7 ਚੱਕ ਲਓ ਸਥਾਨੀਆਂ ਮਾਨ ਦੇ ਵਿੱਚ ਇਸ ਤੋਂ ਬਾਅਦ ਜਿਹੜੀਆਂ ਵੀ ਇਹਦੇ ਮਾਗਰ ਸੰਖਿਆ ਬਚਦੀ ਹੁੰਦੀ ਉਹਦੇ ਆ ਜੀਰਮਾ ਲੱਗ ਜਾਂਦੀਆਂ ਹੁੰਦੀਆਂ ਠੀਕ ਹੈ ਜੋ ਜਾਤੀਆਂ ਮਾਨ ਦੱਸਣਾ ਜਾਤੀਆਂ ਮਾਨ ਕੀ ਦੱਸਣਾ 7 ਲਈ ਦੱਸਣਾਗਾ 7 ਡਾਇਰੈਕਟ ਡਾਇਰੈਕਟ ਹੀ ਲਾ ਲਾਂਗੇ ਆਪਾਂ ਠੀਕ ਹੈ ਇਹ ਚੀਜ਼ ਇਹ ਚੋਂ ਜਾਂਦੇ ਨੇ ਘੱਟ ਇਹ ਬਣ ਜਾਊਗਾ 6993 E ਨੰਬਰ ਆਪਸ਼ਨ ਠੀਕ ਹੈ ਜਿੱਥੇ ਕਿਤੇ ਵੀ ਪੁੱਛ ਲਿਆ ਸਥਾਨੀਆਂ ਅਤੇ ਜਾਤੀਆਂ ਮਾਣ ਦੇ ਵਿੱਚ ਆ ਤਾਂ ਸਥਾਨੀਆਂ ਮਾਣ ਵਿੱਚੋਂ ਹੁੰਦਾ ਜਿਹੜੀ ਵੀ ਸੰਖਿਆ ਉਹਨੇ ਕਿਹਾ ਸਥਾਨੀਆਂ ਮਾਣ ਉਹ ਚੱਕ ਜਿਹੜੇ ਮੰਗਰ ਅੰਕ ਬਚ ਗਏ ਉਹਨਾਂ ਨੇ ਜ਼ੀਰੋ ਲਾ ਲਓ ਤੇ ਜਾਤੀਆਂ ਮਾਣ ਜਾਤੀ ਕਿਹੜੀ ਸੀ ਇਹ 7 ਵਾਲੀ ਜਾਤੀ ਸੀ ਤਾਂ 7 ਦੇ ਵਿੱਚੋਂ ਮਾਈਨਸ ਕਰ ਦੋ ਤੇ 6970 ਆਪਣੇ ਕੋਲੇ ਅਨਸਰ ਆ ਜਾਊਗਾ 7ਵਾਂ ਸਵਾਲ ਵੀ ਸੇਮ ਟੂ ਸੇਮ ਹੈ ਇਹ ਤੁਸੀਂ ਆਪ ਕੱਢ ਕੇ ਦੇਖੋ ਹੁਣ ਮੈਂ ਵੀ ਕੱਢ ਕੇ ਦਿਖਾਉਣਾ ਮੇਰੇ ਕੱਢਣ ਤੋਂ ਪਹਿਲਾਂ ਤੁਸੀਂ ਵੀਡੀਓ ਪੇਸ ਕਰਕੇ ਰੋਕ ਕੇ ਆਪ ਕੱਢਣ ਦੀ ਕੋਸ਼ਿਸ਼ ਕਰਨੀ ਹੈ ਦੇਖੋ 689935 ਦੇਖੋ ਇਹ ਚ 9 ਅਤੇ 3 ਦੇ ਸਥਾਨਿਕ ਮਾਨਦੰਤਰ ਸੋ ਇੱਥੇ ਕਿੰਨਾ ਪਿਆ 9 ਤਾਂ ਪਿਆ ਹਾ 9 ਦੇ ਮਗਰ ਤੁਹਾਨੂੰ ਕਿਹਾ ਹੈ ਕਿ ਜੋ ਸਥਾਨਿਕ ਮਾਨ ਪੁੱਛ ਲੈਣਾ 0 ਮਾ ਕਿੰਨੇ ਲੱਗ ਜਿੰਨੇ ਅੱਖਰ ਹੁੰਦੇ ਆ ਇਸ ਤੋਂ ਬਾਅਦ 3 ਦਾ ਸਥਾਨਿਕ ਮਾਨ ਪੁੱਛਿਆ 3 ਕਿੱਥੇ ਪਿਆ 3 ਪਿਆ ਹਾ ਤਾਂ ਇੱਥੇ 30 ਲੱਗ ਜੂਗਾ ਠੀਕ ਇਹ ਚ ਮਾਈਨਸ ਕਰ ਦਿਓ ਕਿੰਨਾ ਬਣ ਗਿਆ ਅਨਸਰ 970 ਆਪਿਆ ਆੜਾ ਨੰਬਰ ਆਪਸ਼ਨ ਠੀਕ ਹੈ ਕਲੀਅਰ ਹੈ ਬੱਚਿਓ ਇਹ ਹੁਣ ਆਪਾਂ ਚੱਲਦੇ ਹਾਂ ਅੱਗੇ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈ ਇਹ ਡਾਇਰੈਕਟ ਇਹ ਪ੍ਰਸ਼ਨ ਬੱਚਿਓ ਥਿਊਰੀ 'ਚ ਡਾਇਰੈਕਟ ਪੁੱਛਿਆ ਜਾਂਦਾ ਹੁੰਦਾ ਡਾਇਰੈਕਟ ਪੁੱਛਿਆ ਜਾਂਦਾ ਹੁੰਦਾ ਪੰਜਾਬ ਪੁਲਿਸ ਦੇ ਪੇਪਰਾਂ 'ਚ ਇਹ ਗੱਲ ਧਿਆਨ ਰੱਖਣੀ ਹੈ ਠੀਕ ਹੈ ਉਲਝਣ ਨਹੀਂ ਲੋੜਨੀ ਇਹ ਹੈਗਾ ਯਾਦ ਕਰਨ ਵਾਲੀ ਚੀਜ਼ ਅਭਾਜ ਸੰਖਿਆ ਕਿਹੜੀ ਹੁੰਦੀ ਹੈ ਪ੍ਰਾਈਮ ਨੰਬਰ ਇਹ ਤੁਹਾਨੂੰ ਪਹਿਲੇ ਦਿਨ ਹੀ ਕਰਵਾ ਕੇ ਗਿਆ ਸੀ ਉਹ ਸੰਖਿਆਵਾਂ ਜਿਹੜੀ ਸਾਂਭੀ ਹੈਗੀ ਆ ਤੇ ਅਭਾਜ ਵੀ ਹੈਗੀ ਹੈ ਕਿਹੜੀ ਆਉ ਸੰਖਿਆ ਉਹ ਹੈਗੀ ਆ 2 ਇਹ ਤੁਹਾਨੂੰ ਉਹਦੇ ਵੀ ਕਰਵਾ ਕੀ ਗਿਆ ਤੇ ਸਭ ਤੋਂ ਛੋਟੀ ਭਾਗ ਸੰਖਿਆ ਵੀ ਇਹੀ ਹੈ ਤੇ ਜੇ ਸਭ ਤੋਂ ਇਹ ਸਮ ਦੇਖੋ ਸਮ ਸੰਖਿਆਵਾਂ ਇੱਕ ਸਮ ਸੰਖਿਆ ਉਹ ਸੰਖਿਆ ਦੱਸੋ ਜਿਹੜੀ ਸਮ ਵੀ ਹੈਗੀ ਆ ਤੇ ਅਪਾਜ ਵੀ ਹੈਗੀ ਆ ਉਹ ਵੀ 2 ਆਊਗਾ ਆਨਸਰ ਜੇ ਪੁੱਛਿਆ ਸਭ ਤੋਂ ਛੋਟੀ ਅਪਾਜ ਸੰਖਿਆ ਕਿਹੜੀ ਆ ਪੁੱਤਰੋ ਉਹ ਤੇ ਵੀ ਕੀ ਆਉਣਾ ਆਨਸਰ 2 ਆਉਣਾ ਆ ਆਥਵਾਲ ਪੁੱਤਰੋ ਬਈ ਮੈਂ ਤਾਂ ਕਰਨਾ ਨਹੀਂ ਇਹ ਸਵਾਲ ਕਰਨਾ ਤੁਸੀਂ ਹੈ ਜਿਹੜੇ ਬੱਚੇ ਨੇ ਸਾਨੂੰ ਦਿਓ ਸਵਾਲ ਉਹਨਾਂ ਵਾਸਤੇ ਬੱਚੋ ਇਹ ਸਵਾਲ ਹੈਗਾ 70 ਤੋਂ ਛੋਟੀ ਅਪਾਤ ਸੰਖਿਆ ਦੱਸੋ 76 ਤੋਂ ਛੋਟੀਆਂ ਕਿੰਨੀਆਂ ਅਪਾਤ ਸੰਖਿਆਵਾਂ ਆ ਗਈਆਂ ਇਹ ਤੁਹਾਨੂੰ ਫਾਰਮੂਲਾ ਲਿਖਾਇਆ ਰਖਾਇਆ ਵਾ ਮੈਂ 44 22 32 23 21 ਠੀਕ ਹੈ ਇਹ ਫਾਰਮੂਲਾ ਤੁਹਾਨੂੰ ਲਿਖਾਇਆ ਵਾ ਭਾਈ ਇਹ ਫਾਰਮੂਲੇ ਦੇ ਹਿਸਾਬ ਤੇ ਤੁਸੀਂ ਇਹ ਸਵਾਲ ਤੁਸੀਂ ਕੱਢਣਾ ਹੁਣ ਠੀਕ ਹੈ ਪ੍ਰੈਕਟਿਸ ਆ ਤੁਹਾਡੇ ਵਾਸਤੇ ਇਹ ਜਿਹੇ ਸਵਾਲ ਆਉਂਦੇ ਨੇ ਪੇਪਰ ਦੇ ਵਿੱਚ ਆਹ ਸਵਾਲ ਵੀ ਤੁਹਾਡੇ ਕੰਮ ਦਾ ਮੇਰੇ ਕੰਮ ਦਾ ਸਵਾਲ ਨਹੀਂ ਹੈਗਾ ਇਹ ਵੀ ਤੁਸੀਂ ਕੱਢਣਾ 50 ਹਾਂ ਇਹਦੇ 'ਚ ਥੋੜਾ ਜਿਹਾ ਐ ਹੈਗਾ ਹਾਂ ਇਹ ਥੋੜੇ ਉਲਟਾ ਬੱਚੋ ਇੱਥੇ ਕੀ ਕਰਨਾ ਆਪਾਂ ਇਹ ਕਹਿੰਦੇ 50 ਤੋਂ ਲੈ ਕੇ 90 ਤੱਕ ਜਿੰਨੀਆਂ ਵੀ ਅਭਾਜ ਸੰਖਿਆਵਾਂ ਆ ਗਈਆਂ ਇਹਨਾਂ ਦੀ ਗਿਣਤੀ ਨਹੀਂ ਪੁੱਛੀ ਰੱਗੀ ਆਪਾਂ ਤੋਂ ਕੀ ਨਹੀਂ ਪੁੱਛੀ ਬੱਚੇ ਰੱਗੀ ਗਿਣਤੀ ਨਹੀਂ ਪੁੱਛੀ ਇਹਨਾਂ ਨੂੰ ਡਾਇਰੈਕਟ ਕਹਿਤਾ ਕਿ ਨਾ ਦੱਸੋ 50 ਤੋਂ ਲੈ ਕੇ 90 ਤੱਕ ਕਿੰਨੀਆਂ ਅਭਾਜ ਸੰਖਿਆਵਾਂ ਆ ਗਈਆਂ ਤੇ ਉਹਨਾਂ ਦਾ ਜੋੜ ਕਰੋ ਠੀਕ ਹੈ ਤੁਸੀਂ ਇਹ ਕੰਮ ਵੀ ਛੋੜਾ ਹੀ ਜਾਗਾ ਤੁਸੀਂ ਕਰਨਾ ਇਹ ਕੰਮ 50 ਤੋਂ ਲੈ ਕੇ 90 ਦੇ ਵਿੱਚ ਵਿੱਚ ਤੁਸੀਂ ਅਭਾਜ ਸੰਖਿਆਵਾਂ ਭਾਣਨੀਆਂ ਜਿਹੜੀਆਂ ਸਿਰਫ ਆ ਦੇ ਭਾੜੇ ਤੋਂ ਸ਼ੁਰੂ ਹੁੰਦੀਆਂ ਗਈਆਂ ਜਿਵੇਂ 53 ਹੋ ਗਿਆ 57 ਹੋ ਗਿਆ 90 ਹੋ ਗਿਆ 61 ਹੋ ਗਿਆ ਠੀਕ ਹੈ 63 ਵੀ ਆਉਂਦਾ 64 ਵੀ ਆਉਂਦਾ 65 ਵੀ ਆਉਂਦਾ 66 ਵੀ ਆਉਂਦਾ 67 ਨਹੀਂ ਆਉਂਦਾ ਕਿਸੇ ਪਹਾੜੇ 'ਚ 68 ਵੀ ਆਉਂਦਾ 69 ਨਹੀਂ ਆਉਂਦਾ ਕਿਸੇ ਪਹਾੜੇ 'ਚ ਠੀਕ ਹੈ ਨਾਤਰ ਆਉਂਦਾ ਨਤਰ ਨਹੀਂ ਬਾਹਰ ਸੰਖਿਆ ਬਣਿਆਗੀ ਠੀਕ ਹੈ ਜਿੰਨੀਆਂ ਵੀ ਇਹ ਬਾਹਰ ਸੰਖਿਆਵਾਂ ਬਣ ਗਈਆਂ ਬੱਚਿਓ ਤੇ 51 ਵੀ ਕਿਸੇ ਪਹਾੜੇ 'ਚ ਆਉਂਦਾ ਮੈਨੂੰ ਲੱਗਦਾ ਹੈ ਨਾ 51 ਆਉਂਦਾ ਨਹੀਂ ਕਿਸੇ ਪਹਾੜੇ 'ਚ ਹੈਨਾ ਨੀ ਉਹਨਾਂ ਨੇ ਠੀਕ ਹੈ ਇਹ ਜਿਹੜੀਆਂ ਭਾਗ ਸੰਖਿਆਵਾਂ ਬੱਚਿਓ ਇਹ ਤੁਸੀਂ ਜੋੜ ਕੇ ਦਾ ਅਨਸਰ ਲਾ ਦਿਓ ਤੁਹਾਡਾ ਕੰਮ ਆ ਹੁਣ ਠੀਕ ਹੈ ਇਸ ਤੋਂ ਬਾਅਦ ਆ ਗਿਆ ਬੱਚਿਓ ਇਹ ਕਹਿੰਦੇ 100 ਅ 10 ਤੋਂ ਲੈ ਕੇ 120 ਦੇ ਵਿੱਚ ਵਿੱਚ ਕਿੰਨੀਆਂ ਭਾਗ ਸੰਖਿਆਵਾਂ ਮੰਗੀਆਂ ਦੇਖੋ ਇਹ ਵੀ ਡਾਇਰੈਕਟ ਯਾਦ ਕਰ ਲਓ 110 ਅਤੇ 120 ਦੇ ਵਿੱਚ ਕਿੰਨੀਆਂ ਭਾਗ ਸੰਖਿਆਵਾਂ ਬੱਚਿਓ ਇਹਦੇ ਵਿੱਚ ਸਿਰਫ ਇੱਕ ਭਾਗ ਸੰਖਿਆ ਹੈਗੀ ਉਹ ਤੁਸੀਂ ਮੈਨੂੰ ਦੱਸਣੀ ਹੈ ਕਿਹੜੀ ਭਾਗ ਸੰਖਿਆ ਹੈਗੀ ਜਿਹੜੀ ਕਿ ਇੱਕ ਹੈਗੀ ਐ ਠੀਕ ਹੈ 111 113 ਬਸ ਦੋਨਾਂ ਦੇ ਵਿੱਚੋਂ ਇੱਕ ਹੈਗੀ ਉਹ ਤੁਸੀਂ ਮੈਨੂੰ ਦੱਸ ਦੋ ਕਿਹੜੀ ਹੈ ਠੀਕ ਹੈ ਭਾਗ ਦੀ ਇੱਕ ਪ੍ਰਕਿਰਿਆ ਦੇ ਵਿੱਚ ਭਾਗਫਲ 403 ਦਿੱਤਾ ਹੋਇਆ ਭਾਜਕ 100 ਦਿੱਤਾ ਹੋਇਆ ਬਾਕੀ ਇਹਨਾਂ ਭਾਸਾਂ ਕਿੰਨੀ ਹੋਊਗੀ ਦੱਸੋ ਇਹਨਾਂ ਨੇ ਕੀ ਕੀ ਸੰਭ ਪੁੱਛਿਆ ਤੁਹਾਨੂੰ ਇਹਨਾਂ ਨੇ ਆਪਾਂ ਨੂੰ ਇਹ ਚੀਜ਼ ਦਿੱਤੀ ਪੁੱਤਰੋ ਆਹ ਤਰੀਕੇ ਸੰਜਿਹੜਾ ਮੈਲ ਮਾਉਣਾ ਨੇ ਕਿਤਨੀ ਮਿਲਣਾ ਦੇਖੋ ਭਾਗਫਲ ਕਿਹੜਾ ਹੁੰਦਾ ਆਹ ਹੁੰਦਾ ਠੀਕ ਹੈ ਭਾਜਕ ਕਿਹੜਾ ਹੁੰਦਾ ਆ ਹੁੰਦਾ ਤੇ ਬਾਕੀ ਕਿੰਨੇ ਹੁੰਦੇ ਆ ਆ ਹੁੰਦੇ ਆ ਇਹ ਕਹਿੰਦੇ ਭਾਗ ਵਾਲੀ ਸੰਖਿਆ ਦੱਸੋ ਠੀਕ ਹੈ ਭਾਗ ਆ ਹੋ ਗਿਆ ਭਾਗਫੜਾ ਹੋ ਗਿਆ ਭਾਜਕ ਆ ਹੋ ਗਿਆ ਬਾਕੀ ਆ ਹੋਗੇ ਕਹਿੰਦੇ ਆ ਸੰਖਿਆ ਦੱਸੋ ਕਿੰਨੀ ਆਊਗੀ ਠੀਕ ਹੈ ਆਪਾਂ ਨੂੰ ਪਤਾ ਦੇਖੋ ਜਿਵੇਂ ਮੈਂ ਇੱਥੇ ਲਿਖਤਾ 7 ਇਹਨੂੰ ਬੰਦਨ ਤੇ ਵੰਡਨਾ 3 ਦੁਣੀ 6 ਕਿੰਨਾ ਆ ਗਿਆ ਬਾਕੀ 1 ਦੇਖੋ ਇਹਨੂੰ ਕੱਢਣ ਦਾ ਜੇ ਮੈਨੂੰ ਆ ਸੰਖਿਆ ਕੁਦਰਤੀ ਨਾ ਦਿੰਦੇ ਇਹ ਇਕੱਲੀਆਂ ਮੈਨੂੰ ਮਤਲਬ ਸੱਤ ਇਥੇ ਨਾ ਦਿੰਦੇ ਮੈਨੂੰ ਇਕਲਾ 3 ਦੇ ਨਾਲ ਦੇ ਦੂਆ ਦੇ ਨਾਲ ਦੇ 1 ਦੇ ਫਿਰ ਮੈਂ ਕੀ ਕਰਦਾ ਦੇਖੋ 3 2 6 6 ਦੇ ਵਿੱਚ ਇੱਕ ਜੋੜਿਆ 7 ਬਣ ਗਿਆ ਨਾ ਉਹੀ ਚੀਜ਼ ਸੇਮ ਟੂ ਸੇਮ ਉਹ ਜਿਵੇਂ ਤੁਸੀਂ ਕਰੋ 100 ਨੂੰ 403 ਨਾਲ ਗੁਣਾ ਕਰੋ ਇਹ ਬਣ ਜਾਊਗਾ 4000 40300 ਤੇ 58 ਦੇ ਵਿੱਚ ਜੋੜ ਦੋ ਇਹ ਕਿੰਨਾ ਬਣ ਗਿਆ 40358 ਆਨਸਰ ਆ ਗਿਆ ਪੁੱਤਰੋ ਏਡੀ ਕਿੱਡੀ ਕਬੜੀ ਗੱਲ ਸੀ ਇਹਦੇ 'ਚ ਠੀਕ ਹੈ ਦੇਖੋ ਜਿਵੇਂ ਮੈਨੂੰ ਉਹਨਾਂ ਨੇ ਦੁਆਰੇ ਮੈਨੂੰ ਦੱਸਦਾ ਮੈਨੂੰ ਕਿਸੇ ਨੇ ਪ੍ਰੇਸ਼ਨ ਪਾਤਾ ਇੱਥੇ ਦੇਤਾ 11 ਮੈਨੂੰ ਤੇ ਇੱਥੇ ਤੇ ਤਾਂ ਮੈਨੂੰ 5 5 ਦੁਣੀ 10 ਇੱਕ ਦੇਤਾ ਬਾਅਦ ਵਿੱਚ ਇਹ ਜੀ ਹੱਲ ਕਰਕੇ ਉਹਨਾਂ ਨੇ ਵਿੱਚੋਂ ਨਾ ਕੀ ਕਰਤਾ 11 ਮਟੇਤਾ ਹੁਣ ਮੈਨੂੰ ਦੱਸੋ ਕਿੰਨਾ ਮੈਨੂੰ ਕਹਿੰਦੇ ਦੱਸੋ ਵੀ ਇੱਥੇ ਪਹਿਲਾਂ ਕੀ ਕਿਹੜੀ ਸੰਖਿਆ ਸੀ ਇੱਥੇ ਤਾਂ ਮੈਂ ਕੀ ਕਰੂੰਗਾ ਮੈਂ ਇਹਦੀ ਕਿਉਂ ਨਾ ਕਰੂੰਗਾ 5 ਦੁਣੀ 10 10 ਦੇ ਵਿੱਚ ਇੱਕ ਜੋੜਿਆ 11 ਠੀਕ ਹੈ ਤਾਂ ਉਹ 11 ਬਣ ਗਿਆ ਨਾ ਉਹ ਜਿਵੇਂ ਇਹ ਚੀਜ਼ ਹੁੰਦੀ ਹੈ ਬੁੱਤਰ ਇਹ ਜਿਹੜਾ ਇਹ ਜਿਹੜਾ ਮੈਂ ਤੁਹਾਨੂੰ ਟ੍ਰਿਕ ਦੱਸੀ ਆ ਹੁਣ ਇਹ ਤੁਹਾਨੂੰ ਮੈਥ ਦੇ ਵਿੱਚ ਕਿਤੇ ਵੀ ਨਹੀਂ ਮਿਲਣੀ ਇਹ ਤੋਂ ਮਰਜੀ ਮੈਥ ਚੱਕ ਲੋ ਇਹ ਟਰਿਕ ਤੁਹਾਨੂੰ ਕਦੇ ਵੀ ਨਹੀਂ ਮਿਲਣੀ ਇਸ ਤੋਂ ਬਾਅਦ ਅਗਲਾ ਸਵਾਲ 48 ਨੂੰ ਕਿਸ ਸੰਖਿਆ ਨਾਲ ਗੁਣਾ ਕੀਤਾ ਜਾਵੇ 48 ਨੂੰ ਕਿਸ ਸੰਖਿਆ ਨਾਲ ਗੁਣਾ ਕੀਤਾ ਜਾਵੇ ਜਿਹੜੀ ਕਿਸ ਸੰਖਿਆ ਆ ਜਾਂਦੀ ਨਾ ਕੋਈ ਸੰਖਿਆ ਜਿਹੜਾ ਤੁਹਾਨੂੰ ਪਤਾ ਨਹੀਂ ਕਿਸ ਨਾਲ ਗੁਣਾ ਕੀਤਾ ਜਾਵੇ ਤਾਂ x ਆ ਜਾਂਦਾ ਹੈ ਕਿ ਜਿਹੜਾ ਆਪਣਾ ਗੁਣਫਲ ਪ੍ਰਾਪਤ ਹੋਵੇ ਉਹ 123 ਤੇ 240 ਦੇ ਗੁਣਫਲ ਦੇ ਬਰਾਬਰ ਹੋਵੇ ਠੀਕ ਹੈ ਮਤਲਬ ਜਿਹੜੀ ਇਹਨਾਂ ਦੋਨਾਂ ਦੀ ਗੁਣਾ ਕਰਕੇ ਠੀਕ ਹੈ ਇਹਨਾਂ ਦੀ ਗੁਣਾ ਕਰਕੇ ਜਿਹੜਾ ਆਪਣੇ ਕੋਲ ਗੁਣਫਲ ਹੋਊਗਾ ਆਊਗਾ ਜਦੋਂ ਇਹਦੀ ਗੁਣਾ ਕਰਕੇ ਆਪਣੇ ਕੋਲ ਗੁਣਫਲ 5 ਆ ਗਿਆ ਐਗਜ਼ਾਮਪਲ ਦੇ ਰਿਹਾ 5 ਆ ਗਿਆ ਜਿਹੜੀ ਗੁਣਾ ਕਰ ਗੁਣਾ ਕਰਕੇ ਇਹਨਾਂ ਦੋਨਾਂ ਦੀ ਤਾਂ ਇਧਰ 44 ਦੀ ਕਿੰਨੇ ਨਾਲ ਗੁਣਾ ਕਰੀ ਕਿ ਇਧਰ ਵੀ 5 ਬਣੇ ਇਹ ਇਹ ਪੁੱਛ ਰਿਹਾ ਹੈ ਆਪਾਂ ਤੋਂ ਠੀਕ ਹੈ ਉਹਦੇ ਬਾਅਦ ਸਾਨੂੰ ਆਪਾਂ ਕੀ ਕਰਾਂਗੇ ਬੱਚਿਓ ਅ ਐਕਸ ਨੂੰ ਤਾਂ ਕਾਮਨ ਕਾਰਡ ਉਵੇਂ ਜਿਵੇਂ ਰੱਖ ਲਓ 173 ਨੂੰ ਉਵੇਂ ਜਿਵੇਂ ਲਾ ਦਿਓ 240 ਨੂੰ ਉਵੇਂ ਜਿਵੇਂ ਲਾ ਦਿਓ ਤੇ 48 ਨੂੰ ਨੇ ਥੱਲੇ ਲੈ ਜਾਓ 48 ਨੂੰ ਨੇ ਘਟਾ ਦਿਓ ਇਹ ਗਿਆ 5 ਤੇ ਠੀਕ ਹੈ ਇਹ ਗਿਆ ਅੰਤਰੀ ਨੂੰ ਕਰਿਆ 5 ਤੇ 8 5 4 5 ਕੋ 20 ਕਿ ਭਾਏ ਤੇ 24 ਹਾਂ ਇਹ ਗਿਆ 5 ਤੇ ਠੀਕ ਹੈ ਜੀ ਹੁਣ 5 ਨੂੰ ਆਪਾਂ 173 ਨਾਲ ਗੁਣਾ ਕਰ ਦੋ x ਦੀ ਵੈਲਿਊ ਆ ਜੂਗੀ ਆਪਣੇ ਕੋਲੇ 865 ਇਹ ਆ ਗਿਆ ਆਨਸਰ ਇਹਦਾ ਆਪਸ਼ਨ ਨੰਬਰ E ਓਕੇ ਜੀ ਜਿਹੜੋ ਇਹਦੀ ਸੰਖਿਆ ਆ ਜੇ ਤਾਂ x ਲਾ ਲੇ ਜੀ ਇਹ ਸਵਾਲਾਂ ਦੇ ਰੱਟੇ ਲਾ ਲਓ ਪੁੱਤਰ ਰੱਟੇ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ 24 3428 ਵਿੱਚ ਕਿਹੜੀ ਛੋਟੀ ਛੋਟੀ ਸੰਖਿਆ ਘਟਾਈ ਜਾਵੇ 3428 ਦੇ ਵਿੱਚੋਂ ਕਿਹੜੀ ਛੋਟੀ ਛੋਟੀ ਸੰਖਿਆ ਘਟਾਈ ਜਾਵੇ ਕਿ ਜਿਹੜੀ ਪ੍ਰਾਪਤ ਸੰਖਿਆ ਹੋਊਗੀ ਆਪਣੇ ਕੋਲੇ ਉਹ 13 ਤੇ ਪੂਰੀ ਪੂਰੀ ਵੰਡੀ ਜਾਵੇ ਇਹਦੇ ਦੋ ਮੈਥਡ ਆ ਬੱਚੋ ਇੱਕ ਤਾਂ ਮੈਥਡ ਹੈਗਾ ਇਹ ਕਿ 3428 ਲਿਖ ਲਿਆ ਉਹਦੇ ਵਿੱਚੋਂ ਪਹਿਲਾਂ 9 ਘਟਾ ਕੇ ਦੇਖ ਲਿਆ ਫਿਰ 3428 ਦੇਖ ਲਿਆ ਉਹਦੇ ਵਿੱਚੋਂ 8 ਘਟਾ ਕੇ ਦੇਖ ਲਿਆ ਫਿਰ 3428 ਲਿਖ ਲਿਆ ਉਹਦੇ ਵਿੱਚੋਂ 4 ਘਟਾ ਕੇ ਦੇਖ ਲਿਆ ਫਿਰ 3428 ਲਿਖ ਲਿਆ ਉਹਦੇ ਵਿੱਚੋਂ ਬਾਈਕ ਟਾ ਕੇ ਦੇਖ ਲਿਆ ਜਿਹੜੇ ਜਿਹੜੇ ਇਥੇ ਆਨਸਰ ਆਹੀ ਜਾਣਗੇ ਉਹਨਾਂ ਨੂੰ ਤੁਸੀਂ 13-13 ਤੇ ਵੰਡ ਕੇ ਦੇਖੀ ਜਾਓ ਠੀਕ ਹੈ ਜਿਹੜੀ ਸੰਖਿਆ ਦੇ ਵਿੱਚ ਜੋ ਪ੍ਰੋਪਰ ਵੰਡੀ ਗਈ ਠੀਕ ਹੈ ਜੀ ਤੇ ਉਹ ਸਮਝ ਲਓ ਆਪਣਾ ਆਨਸਰ ਬਣ ਜੂਗੀ ਉਹ 9 ਵਾਲੀ ਵੰਡੀ ਜਾਵੇ 8 ਵਾਲੀ ਵੰਡੀ ਜਾਵੇ 4 ਵਾਲੀ ਵੰਡੀ ਜਾਵੇ 22 ਵਾਲੀ ਤਾਂ ਉਹ ਆਪਣਾ ਆਨਸਰ ਬਣ ਜੂਗੀ ਇੱਕ ਤਾਂ ਤਰੋ ਹੈਗਾ ਇਹ ਤਰੀਕਾ ਦੇਸੀ ਤਰੀਕਾ ਕਹਿੰਦੇ ਜਿਹਨੂੰ ਆਪਾਂ ਇੱਕ ਹੈਗਾ ਆਪਣਾ ਟਰਿਕਾ ਦਾ ਤਰੀਕਾ ਉਹ ਹੈਗਾ ਵਿੱਚੋਂ ਟਰਿਕਾ ਦਾ ਤਰੀਕਾ ਇਹ कि 3428 ਨੂੰ ਚੁਪ ਕਰਕੇ 13 ਦੀ ਬੰਦ ਦੋ ਪਹਿਲੀ ਠੀਕ ਹੈ ਤੇਰੇ ਦੂਣਾ 26 8 ਆ ਗਿਆ ਠੀਕ ਹੈ 53 15 51 65 ਤੇਰੇ ਛੀਕ 77 ਕਿੰਨਾ ਬਣ ਗਿਆ ਘਟਾ ਕੇ ਬੱਚੋ ਇਹ ਇਹ ਬਣ ਗਿਆ ਘਟਾ ਕੇ 4 ਤੇ ਇਧਰ ਹੋ ਰਹਿ ਗਿਆ ਆਪਣੇ ਕੋਲੇ ਅੱਖ ਤਾਂ ਹਲਾ ਲਿਆ ਹੁਣ ਤੇਰੇ ਤੀਆ 39 ਕਿੰਨੇ ਬਾਕੀ ਬਚ ਗਏ 9 ਕਹਿੰਦਾ ਮੈਂ ਜਿਹੜਾ ਬਾਕੀ ਬਚਿਆ ਜੇ ਆਪਾਂ ਇਹਦੇ ਚੋਂ ਘਟਾ ਦਾਂਗੇ 9 ਤਾਂ ਇਹ 13 ਦੇ ਪ੍ਰੋਪਰ ਬੰਦੇ ਜਾਣਗੇ ਜੇ ਬਾਕੀ ਹੁੰਦੇ ਨੇ ਜਿਹੜੇ ਬਾਕੀ ਬਚਦੇ ਅੱਜ ਜੇ ਆਪਾਂ ਇਹਦੇ ਚੋਂ ਘਟਾ ਦਈਏ ਤਾਂ 0 ਬਣ ਜੂਗੀ ਆਨਸਰ ਤਾਂ ਸਿੱਧੇ 9 ਆਨਸਰ ਆ ਜੂਗਾ ਠੀਕ ਹੈ ਭਾ ਕਰਕੇ ਦੇਖ ਲੈ ਬੱਚਿਓ ਦੋ ਭਾ ਕਿਹੜੇ ਬਾਕੀ ਬਚਦੇ ਨੇ ਉਹ ਸਭ ਤੋਂ ਵਿੱਚ ਘਟ ਕੇ ਉਹ ਬਾਕੀ ਜਿਹੜਾ ਹੁੰਦਾ ਉਹ ਆਨਸਰ ਹੀ ਹੁੰਦਾ ਬਸ ਆਪਣਾ ਓਕੇ ਜੀ ਇਸ ਤੋਂ ਬਾਅਦ ਬੱਚਿਓ ਆ ਸਵਾਲ ਆ ਸਵਾਲ ਤੁਸੀਂ ਐਂ ਕਰੋ ਮੈਥ ਤੇ ਚੱਕ ਲੋ ਜਿੰਨੇ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਸਵਾਲ ਕਰਾਉਣ ਲੱਗਿਆ ਇਹ ਜੇ ਸਾਰੇ ਤੁਹਾਨੂੰ ਮੈਥ ਦੇ ਵਿੱਚੋਂ ਕੋਈ ਬੰਦਾ ਇੰਨਾ ਸੌਖੇ ਤਰੀਕੇ ਨਾਲ ਇਹ ਸਵਾਲ ਖੜਾ ਦੇਣਾ ਬਸ ਮੈਂ ਮੰਨ ਜੂਗਾ ਕਿ ਬਾਕੀ ਉਹ ਬੰਦੇ ਚ ਕਲਾ ਹੈਗੀ ਐ ਦੇਖੋ ਸਭ ਤੋਂ ਸੌਖਾ ਤਰੀਕਾ ਦੱਸਦਾ ਮੈਂ ਜੇ ਆਪਾਂ ਨੂੰ ਪ੍ਰੇਸ਼ ਨੇ ਪੱਕੇ ਪੁੱਛੇ ਜਾਂ ਕਿਸੇ ਸੰਖਿਆ ਨੂੰ 136 ਤੇ ਭਾਗ ਦੇਣ ਨਾਲ ਬਾਕੀ ਕਿੰਨਾ ਬਚਦਾ ਜਦੋਂ ਆਪਾਂ ਕਿਸੇ ਵੀ ਕਿਸੇ ਸੰਖਿਆ ਨੂੰ ਆ ਕੋਈ ਸੰਖਿਆ ਇਨੂੰ ਆਪਾਂ 136 ਨਾਲ ਭਾਗ ਦਿੰਨੇ ਆ ਜਾਂ ਆਇ ਲਾ ਲਓ ਕਿਸੇ ਸੰਖਿਆ ਨੂੰ ਆਪਾਂ 136 ਨਾਲ ਭਾਗ ਦਿੰਨੇ ਆ ਕਿਸੇ ਸੰਖਿਆ ਨੂੰ ਆਪਾਂ 136 ਨਾਲ ਭਾਗ ਦੇ ਰਹੇ ਆ ਠੀਕ ਹੈ ਤਾਂ ਜਿਹੜੀ ਸੰਖਿਆ ਆਪਣੇ ਕੋਲੇ ਪ੍ਰਾਪਤ ਬਾਕੀ ਜਦੋਂ ਆਪਾਂ ਕਿਸੇ ਸੰਖਿਆ ਨੂੰ 36 ਨਾਲ ਭਾਗ ਦੇ ਰਹੇ ਆ ਤਾਂ ਮਾਗਰ ਕਿੰਨਾ ਬਚਦਾ 36 ਮਾਗਦਾ ਬਚਦਾ ਜੇਕਰ ਉਸੇ ਸੰਖਿਆ ਨੂੰ ਕਹਿੰਦੇ ਜਿਹੜੀ ਸੰਖਿਆ ਹੈਗੀ ਉਸੇ ਸੰਖਿਆ ਨੂੰ ਕਹਿੰਦੇ ਆ ਸੰਖਿਆ ਨੂੰ ਜੇਕਰ ਆਪਸਤਰਨ ਨਾ ਭਾਗ ਦਿੱਤਾ ਕਿੰਨਾ ਬਚੂਗਾ ਦੇਖੋ ਕਿੰਨਾ ਉਲਝਣ ਵਾਲਾ ਸਵਾਲ ਹੈ ਮੈਂ ਵੀ ਉਲਝ ਗਿਆ ਸੀ ਪਹਿਲੀ ਪਹਿਲੀ ਵਾਰ ਉਲਝ ਗਿਆ ਨਾ ਆਪਾ ਕਿੰਨਾ ਕੀ ਕੀ ਕੁਛ ਕਰਨਾ ਕੁਝ ਨਹੀਂ ਕਰਨਾ ਇਹਦੇ ਵਿੱਚ ਆਹ ਚੀਜ਼ ਤਾਂ ਤੁਸੀਂ ਭੁੱਲੀ ਜਾਓਗੇ ਆਹ ਚੀਜ਼ ਦਿੱਤੀ ਵੀ ਤੁਹਾਨੂੰ ਇਹਦਾ ਜਿਆਦਾ ਹੀ ਲੱਗਣਾ ਇੱਥੇ ਭਾਵੇਂ ਲੱਖ ਦੇ ਦੇਣ ਭਾਵੇਂ 2 ਕਰੋੜ ਦੇ ਦੇ ਦੇਣਾ ਜੇਕਰ ਤੁਹਾਨੂੰ ਕਿਸੇ ਸਵਾਲ ਦੇ ਵਿੱਚ ਆ ਗਿਆ ਕਿਸੇ ਸੰਖਿਆ ਨੂੰ 136 ਦੇ ਭਾਗ ਦੇਣਾ 36 ਪ੍ਰਾਪਤ ਹੁੰਦਾ ਹੈ ਜੇਕਰ ਉਸੇ ਸੰਖਿਆ ਨੂੰ 17 ਨਾਲ ਭਾਗ ਦਿੱਤਾ ਜਾਵੇ ਤਾਂ ਬਾਕੀ ਕਿੰਨਾ ਬਚੇਗਾ ਕੁਝ ਨਹੀਂ ਕਰਨਾ ਚੁੱਪ ਕਰਕੇ ਜਿਹੜਾ 36 ਹੈ ਇਹਨੂੰ 17 ਦੇ ਭਾਗ ਕਰ ਦਿਓ ਠੀਕ ਹੈ 36 ਵਿੱਚ ਰੱਖੋ 17 ਨਾਲ ਇਹ ਨੂੰ ਵੰਡੋ 17 ਦੇ ਦੂਣਾ 34 2 ਆ ਗਿਆ ਜਿਹੜਾ 2 ਆਹੀ ਇਹ ਅਨਸਰ ਹੈ ਆ ਗਿਆ ਸਮਝ ਇਹ ਨਾਲ ਦਾ ਜਮਾ ਸੇਮ ਤੋਂ ਸੇਮ ਸੁਭਾਅ ਨਾਲ ਅਗਲਾ ਮੂਰੇ ਕੁਝ ਨਹੀਂ ਦੇਖਣਾ ਆਪਾਂ ਕੁਝ ਮਰਜ਼ੀ ਹੋਵੇ ਜੇਕਰ ਕਿਸੇ ਸੰਖਿਆ ਨੂੰ 156 ਰੁਪਏ ਕਿਹਾ ਨਾਲ 29 ਬਚਦੇ ਆ ਜੇਕਰ ਉਸੇ ਸੰਖਿਆ ਨੂੰ 13 ਦੇ ਭਾਗ ਕੀਤਾ ਜਾਵੇ ਤਾਂ ਕਿੰਨੇ ਬਚਣਗੇ ਉਹੀ ਗੱਲ 29 ਨੂੰ ਵਿੱਚ ਰੱਖ ਲਓ 13 ਦੇ ਭਾਗ ਕਰ ਦਿਓ ਤੇਰੇ ਦੂਣਾ 26 ਤੰ ਬਾਕੀ ਬਚ ਗਿਆ ਸੀ ਤੰ ਅਨਸਰ ਹੈ ਏਡੀ ਆਪਸ਼ਨ ਠੀਕ ਹੈ ਤੂੰ ਸੌਖਾ ਕਿਤੇ ਮਿਲੂਗਾ ਸਟਾਰਮ ਆ ਗਿਆ ਇਹ ਜੀ 17ਵੇਂ ਚ ਪੁੱਛ ਲਈ ਕਹਿੰਦੇ 195 ਨੂੰ ਜੇਕਰ ਆਪਾਂ 27 ਕਿਸੇ ਸੰਖਿਆ ਨਾਲ 15 ਕਿਸੇ ਸੰਖਿਆ ਨੂੰ 195 ਨਾਲ ਜੀਰੋ ਆਪਾਂ ਬਣਦੇ ਆ ਠੀਕ ਹੈ ਤਾਂ 47 ਬਚ ਰਹੇ ਜੇਕਰ ਉਸੇ ਸੰਖਿਆ ਨੂੰ 15 ਦੇ ਪੰਡਿਆ ਜਾਵੇ ਤਾਂ ਕਿੰਨੇ ਬਚਣਗੇ ਉਹੀ ਗੱਲ ਫੇਰ ਆ ਚੀਜ਼ ਤਾਂ ਆਪਾਂ ਦੇਖਣੀ ਨਹੀਂ ਕਿੰਨੀ ਦਿੱਤੀ ਵੀ ਆ 47 ਰੱਖ ਲੋ ਵਿੱਚ ਤੇ 15 ਰੱਖ ਲੋ ਬਾਹਰ 15 ਦੀਆ 45 ਕਿੰਨਾ ਆ ਗਿਆ ਬਾਕੀ 3 3 ਭਿਆਨਸ ਰਹਾ ਆ ਗਿਆ ਅਨਸਰ ਇਹ ਤੋਂ ਸੌਖਾ ਤਰੀਕਾ ਕਿਹੜਾ ਹੋਊਗਾ ਠੀਕ ਹੈ ਇਸ ਤੋਂ ਬਾਅਦ ਆ ਗਿਆ ਆਪਣਾ 18 ਮਾਸਾ 4000 ਦੇ ਵਿੱਚੋਂ ਕਿਹੜੀ ਛੋਟੀ ਦੀ ਛੋਟੀ ਸੰਖਿਆ ਘਟਾਈ ਜਾਵੇ ਕਿ ਬਾਕੀ ਬਚੀ ਸੰਖਿਆ 19 ਦੇ ਪੂਰੀ ਬੰਡੀ-ਬੰਡੀ ਜਾਵੇ ਉਹੀ ਚੀਜ਼ ਜਿਵੇਂ ਸੇਮ ਟੂ ਸੇਮ ਦੁਬਾਰੇ ਫੇਰ ਆ ਗਈ ਉਹੀ ਤਰੀਕਾ 4000 ਦੇ ਵਿੱਚੋਂ ਪਹਿਲਾਂ 20 ਘਟਾ ਕੇ ਦੇਖ ਲਓ 4000 ਤੋਂ 30 ਘਟਾ ਕੇ ਦੇਖ ਲਓ 4000 ਤੋਂ ਫਿਰ 40 ਘਟਾ ਕੇ ਦੇਖ ਲਓ ਫਿਰ 4000 ਤੋਂ 10 ਘਟਾ ਕੇ ਦੇਖ ਲਓ ਬਾਅਦ ਨੂੰ 19 ਦੇ ਵੰਡ ਕੇ ਦੇਖ ਲਓ ਜੇ ਤਾਂ ਆਨਸਰ ਆਜੂਗਾ ਠੀਕ ਹੈ ਉਹ ਜਿਹੜੀ ਸੰਖਿਆ ਵੰਡੀਗੀ ਉਹ ਆਨਸਰ ਇੱਕ ਤਾਂ ਇਹ ਤਰੀਕਾ ਬੱਚੋ ਜਿਹੜਾ ਕਿ ਥੋੜਾ ਜਿਹਾ ਔ ਠੀਕ ਹੈ ਇੱਕਦਮ ਪਹਿਲਾਂ ਕਰਵਾ ਕੇ ਗਿਆ ਇਹਦੇ ਨਾਲ ਦਾ ਤਰੀਕਾ ਕਿ 4000 ਨੂੰ ਚੁੱਪ ਕਰਕੇ 19 ਤੇ ਵੰਡ ਦੋ 19 ਦੁਨਾ 38 ਇੱਧਰ ਬਣ ਗਿਆ 20 1 19 19 ਇੱਧਰ ਬਚ ਕੇ ਬਾਕੀ ਰਹਿ ਗਿਆ 10 ਤਾਂ ਸਮਝ ਲਓ ਕਿ ਜੇ ਆਪਾਂ 4000 ਦੇ ਵਿੱਚੋਂ 10 ਘਟਾ ਦਾਂਗੇ ਜਿਹੜੀ ਸੰਖਿਆ ਆਪਣੇ ਕੋਲੇ ਬਚੂਗੀ ਉਹ 19 ਤੇ ਪੂਰੀ ਪੂਰੀ ਵੰਡੀ ਜਾਊਗੀ ਇਹਨਾਂ ਦਾ ਸਵਾਲ ਪਹਿਲਾਂ ਵੀ ਤੁਹਾਨੂੰ ਕਰਵਾ ਕੇ ਗਿਆ ਤੇ ਆ ਸਵਾਲ ਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਆ ਗਏ 19ਵੇਂ ਸਵਾਲ ਤੇ ਇਹਨੇ ਛੇ ਅੰਕਾਂ ਵਾਲੀ ਛੋਟੀ ਛੋਟੀ ਸੰਖਿਆ ਪਤਾ ਕਿਹੜੀ ਹੈ ਜੋ 111 ਦੇ ਪੂਰੀ ਪੂਰੀ ਵੰਡੀ ਜਾਂਦੀ ਹੈ ਦੇਖੋ ਇੱਥੇ ਬੱਚਿਆਂ ਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਇਹ ਹੋਊਗੀ ਛੋਟੀ ਸੰਖਿਆ ਕਿਹੜੀ ਹੁੰਦੀ ਹੈ ਦੇਖੋ ਬੱਚੇ ਜਿਹੜੀਆਂ ਚੀਜ਼ਾਂ ਤਾਂ ਹੋਣਗੀਆਂ ਆਪਣੀਆਂ ਨਾਂਏ ਵਾਲੀਆਂ ਉਹ ਤਾਂ ਹੁੰਦੀਆਂ ਨੇ ਜਿਹੜੀਆਂ ਤਾਂ ਹੋਣਗੀਆਂ ਆਪਣੀਆਂ ਜ਼ੀਰੋ ਵਾਲੀਆਂ ਠੀਕ ਹੈ ਉਹ ਤਾਂ ਹੁੰਦੀਆਂ ਛੋਟੀਆਂ ਠੀਕ ਹੈ ਜੀ ਤੇ ਜਿਹੜੀਆਂ ਹੁੰਦੀਆਂ ਨਾਂਏ ਵਾਲੀਆਂ ਸੰਖਿਆ ਉਹ ਹੁੰਦੀਆਂ ਆਪਣੀਆਂ ਵੱਡੀਆਂ ਠੀਕ ਹੈ ਜੀ ਜਿਵੇਂ ਹੁਣ ਇਹਨਾਂ ਦਾ ਛੇ ਅੰਕਾਂ ਦੀ ਛੋਟੀ ਛੋਟੀ ਸੰਖਿਆ ਕਿਹੜੀ ਹੈ ਛੇ ਅੰਕਾਂ ਦੀ ਛੋਟੀ ਸੰਖਿਆ ਆ ਤਾਂ ਪੰਜ ਅੰਕਾਂ ਦੀ ਸੰਖਿਆ ਆ ਗਈ ਵੱਡੀ ਤੋਂ ਵੱਡੀ ਜਿਹੜੀ ਨੂੰ ਅਗਲੀ ਜਿਹੜੀ ਤੋਂ ਸ਼ੁਰੂ ਹੋਊਗੀ ਤਾਂ ਆ ਛੇ ਅੰਕਾਂ ਦੀ 1 2 3 4 5 6 ਛੇ ਅੰਕਾਂ ਦੇਖੋ ਜਿਹੜੀ ਜ਼ੀਰੋ ਵਾਲੀ ਰਕਮ ਹੋਊ ਇਹ ਹਮੇਸ਼ਾ ਛੋਟੇ ਅੰਕਾਂ ਦੀ ਹੋਊਗੀ ਜਿਹੜੇ ਨਾਏ ਵਾਲੀ ਰਕਮ ਹੋ ਉਹ ਹਮੇਸ਼ਾ ਵੱਡੇ ਅੰਕਾਂ ਵਾਲੀ ਹੋਊਗੀ ਬਸ ਇਹ ਯਾਦ ਕਰੋ ਜੇ ਆਪਾਂ ਨੂੰ ਕਹਿੰਦੇ ਨੇ ਕਿ ਛੇ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਾਂ ਚੁੱਪ ਕਰਕੇ 6 9 ਬਣਾ ਲਓ ਜਿਉਂ ਕਹਿੰਦਾ ਦਾ 6 ਅੰਕਾਂ ਦੀ ਛੋਟੀ-ਛੋਟੀ ਸੰਖਿਆਵਾਂ 'ਤੇ 1 ਕੇ ਨਾਲ 0 ਮਾ ਲਾ ਲਓ। ਜਿਉਂ ਕਹਿੰਦਾ ਦਾ 7 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 7-7 ਲਾ ਲਓ। ਜਿਉਂ ਕਹਿੰਦਾ 7 ਅੰਕਾਂ ਦੀ ਛੋਟੀ-ਛੋਟੀ ਸੰਖਿਆ 1 ਕੇ ਨਾਲ 6 0 ਮਾ ਲਾ ਲਓ। ਜਿਉਂ ਕਹਿੰਦਾ 11 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 11 ਨਾਲ ਹੀ ਲਾ ਲਓ। ਬਸ ਵੱਡੀ ਸੰਖਿਆ ਦੇ ਵਿੱਚ 9 ਲੱਗਣਗੇ ਛੋਟੀ ਸੰਖਿਆ ਦੇ ਵਿੱਚ 1 ਕੇ ਨਾਲ 0 ਮਾ ਲੱਗਣਗੀਆਂ। ਉਹ ਜਿਵੇਂ ਇਹਨਾਂ ਨੇ ਆਪਾਂ ਨੂੰ ਕੀ ਕਿਹਾ ਤਾਂ ਕਹਿੰਦਾ 6 ਅੰਕਾਂ ਦੀ ਛੋਟੀ-ਛੋਟੀ ਸੰਖਿਆ 1 2 3 4 5 6 ਹੋਗੇ। ਛੋਟੀ-ਛੋਟੀ ਸੰਖਿਆ 111 ਤੇ 9 ਹਟ ਗਿਆ 999 100 ਬਾਕੀ ਰਹਿ ਗਏ ਠੀਕ ਹੈ ਜੀ ਕਿੰਨੇ ਬਾਕੀ ਰਹਿ ਗਏ 100 ਬਾਕੀ ਰਹਿ ਗਏ ਜਿਹੜਾ ਆਪ ਨੂੰ ਇਹ ਜਿਹਾ ਆਪਰੇਸ਼ਨ ਆ ਜੇ ਛੇ ਅੰਕਰੀ ਛੋਟੀ ਛੋਟੀ ਸੰਖਿਆ ਦੇ 109 ਤੇ ਵੰਡਣਾ ਹੋਵੇ 100 ਬਾਕੀ ਬਚ ਗਿਆ ਤਾਂ ਜਿਹੜਾ 100 ਆ ਇਹਨੂੰ 111 ਦੇ ਵਿੱਚ ਮਾਈਨਸ ਕਰ ਦੋ ਕਿੰਨਾ ਬਚ ਗਿਆ ਮਗਰ 11 ਬਚ ਗਿਆ ਤੇ ਇਹ 11 ਜਿਹੜਾ ਇਹ ਜੀ ਛੋਟੀ ਛੋਟੀ ਸੰਖਿਆ ਗਈ ਆਪਾਂ ਹੁਣ ਇਹਨੂੰ ਜਿਹੜਾ ਆਪਾਂ ਇਹਦੇ ਵਿੱਚ ਜੋੜ ਦਾਂਗੇ ਪੁੱਤਰੋ 1000 11 ਆਪਣੇ ਕੋਲੇ ਆਨਸਰ ਆ ਜਾਊਗਾ ID ਨੰਬਰ অপਸ਼ਨ ਓਕੇ ਜੀ ID ਨੰਬਰ অপਸ਼ਨ ਆਪਣੇ ਕੋਲੇ ਆਨਸਰ ਆ ਜਾਊਗਾ ਇਸ ਸਵਾਲ ਜਿਹੜੇ ਚ ਅੰਕਾਂ ਵਾਲੀ ਸੰਖਿਆ ਹੈ ਜੀ ਉਹਦੇ ਵਿੱਚ ਐਂ ਕੱਢਣਾ ਹੁੰਦਾ ਹੈ ਜਿਹਦੇ ਵਿੱਚ 4000 ਜਾਂ ਕੋਈ ਵੈਲਿਊ ਦਿੱਤੀ ਹੋਈ ਹੈ ਉਹਦੇ ਵਿੱਚ ਆਪਾਂ ਡਾਇਰੈਕਟ ਬਾਕੀ ਲਾ ਦਾਂਗੇ ਓਕੇ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਬੀਮਾ ਉਹ ਛੋਟੀ ਛੋਟੀ ਸੰਖਿਆ ਜਿਸ ਨੂੰ 80 36 42 ਜੋੜਨ ਤੋਂ ਬਾਅਦ ਜੋੜਨ ਦੇ ਪ੍ਰਾਪਤ ਸੰਖਿਆ ਜਿਹੜੀ ਆਊਗੀ ਉਹ 11 ਦਾ ਗੁਣਜ ਹੋਵੇ ਤਾਂ ਉਹ ਸੰਖਿਆ ਪਤਾ ਕਰੋ ਛੋਟੀ ਛੋਟੀ ਸੰਖਿਆ ਉਵੇਂ ਜਿਵੇਂ ਕਰੋ ਇਹ ਜਿਹੜਾ ਆਪਣੇ ਕੋਲੇ ਆ ਗਿਆ 80 36 43 ਠੀਕ ਹੈ 80 36 43 ਇਹਨੂੰ ਆਪਾਂ ਵੰਡੋ ਹੁਣ 11 ਤੇ ਠੀਕ ਹੈ ਜੀ ਇਹਨੂੰ 11 ਤੇ ਵੰਡਦਾਂਗੇ ਆਪਾਂ ਜਦੋਂ ਆਪਾਂ ਇਹਨੂੰ 11 ਤੇ ਵੰਡਾਂਗੇ ਕਿੰਨਾ ਆਜੂ ਇੱਕ ਮਿੰਟ ਛੋਟੀ ਲਿਖਾਈ ਦੇ ਵਿੱਚ ਲਿਖ ਲਿਗੇ 80 36 ਬਿਆਰੀ ਨਾ ਪਵੰਨਣਾ 11 ਤੇ 11 ਸਤਾ 77 ਕਿੰਨੇ ਵੱਜ ਗਏ 33 11 ਤੀਆ 33 64 11 ਪੰਜਾ 55 9 92 11 ਅਠਾ 88 ਬਾਕੀ ਕਿੰਨੇ ਵੱਜ ਗਏ ਪੁੱਤਰੋ 4 ਵੱਜ ਗਏ ਆਪਣੇ ਕੋਲੇ ਠੀਕ ਹੈ ਜੀ ਆਪਾਂ ਪਤਾ ਕਰਨਾ 11 ਦਾ ਗੋਣ ਚ ਠੀਕ ਹੈ ਇਹਨੇ ਕੀ ਕਹਿਆ ਸੀ ਕਿ ਨਾ ਛੋਟੀ ਛੋਟੀ ਸੰਖਿਆ ਆਪਾਂ ਪਤਾ ਕਰੋ ਜਿਸ ਨੂੰ 80364 ਤੇ ਜੋੜਨ ਤੇ ਪ੍ਰਾਪਤ ਸੰਖਿਆ ਜਿਹੜੀ ਆਊਗੀ 11 ਦੇ ਗੁਣਜ ਵਿੱਚ ਹੋਵੇ ਇਸ ਤੋਂ ਬਾਅਦ ਇਹ ਗੁਣਜ ਵਾਲਾ ਸਵਾਲ ਆ ਗਿਆ ਜਿਹੜਾ 4 ਆ ਗਿਆ ਪੁੱਤਰੋ ਇਹ 4 ਨੂੰ 11 ਦੇ ਵਿੱਚੋਂ ਮਾਈਨਸ ਕਰ ਦੋ ਮਗਰ ਕਿੰਨਾ ਬਚ ਗਿਆ 7 ਅਨਸਰ ਆ ਗਿਆ ਇਹ 7 ਹੈ ਜਿਹੜਾ ਜਦੋਂ ਆਪਾਂ ਇਹਦੇ ਵਿੱਚ ਜੋੜਾਂਗੇ ਠੀਕ ਹੈ ਤਾਂ ਇਹ 11 ਦਾ ਗੁਣਜ ਬਣ ਜਾਊਗਾ ਠੀਕ ਹੈ ਜੀ ਇਹ ਸੀ ਪੁੱਤਰੋ ਅੱਜ ਦੇ 20 ਸਵਾਲ ਮੈਨੂੰ ਪਤਾ ਹੈ 20ਾਂ ਦੇ ਵਿੱਚੋਂ ਤਾਨੂੰ ਇੱਕ ਜਾਂ ਦੋ ਦੋ ਤਿੰਨ ਸਵਾਲਾਂ ਦੇ ਵਿੱਚ ਪ੍ਰੋਬਲਮ ਆਊਗੀ ਕੋਈ ਚੱਕਰ ਨਹੀਂ ਹੈਗਾ ਇੱਕ ਵਾਰੀ ਤਾਂ ਆਪ ਮੱਥਾ ਮਾਰ ਕੇ ਦੇਖੋ ਠੀਕ ਹੈ ਇਸ ਤੋਂ ਬਾਅਦ ਜੇ ਤੁਹਾਨੂੰ ਕੋਈ ਨਹੀਂ ਆਉਂਦਾ ਤਾਂ ਮੈਨੂੰ ਸਕਰੀਨਸ਼ਾਟ ਖਿੱਚ ਕੇ ਟੈਲੀਗ੍ਰam ਤੇ ਸੈਂਡ ਕਰ ਦਿਓ ਠੀਕ ਹੈ ਤੇ ਕੱਲ ਨੂੰ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਜਾਂ ਦੋ ਸਵਾਲ ਹੋਏ ਮੈਂ ਕੱਲ ਨੂੰ ਸ਼ੁਰੂ ਕਰਨ ਤੋਂ ਪਹਿਲੀ ਸੌਂਦਾ ਇਹ ਲੈਕਚਰ ਲਾ ਦੂੰਗਾ ਇਸ ਤੋਂ ਬਾਅਦ ਆਪਾਂ ਕੱਲ ਦਾ ਆਪਣਾ ਆਖਰੀ ਲੈਕਚਰ ਲੱਗਣਾ ਨੰਬਰ ਸਿਸਟਮ ਦਾ ਓਕੇ ਜੀ ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਸ ਤੋਂ ਬਾਅਦ ਆਪਾਂ ਨਵੇਂ ਸਿਰੇ ਤੋਂ ਕੰਮ ਚੱਲੂਗਾ ਐਲਸੀਐਮ ਦਾ ਤੇ ਐਚਸੀਐਫ ਦਾ ਐਲਸੀਐਮ ਐਚਸੀਐਫ ਆਪਾਂ ਚੰਚੰਤਨਾ ਦੇ ਵਿੱਚ ਨਵੇੜ ਕੇ ਬਸ ਅੱਗੇ ਪਹੁੰਚ ਜਾਣਾ ਆਪਾਂ ਠੀਕ ਹੈ ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ ਵਿੱਚ ਬੱਚੇ ਕਿ ਜੀ ਨੈਸ਼ਨਲ ਪਾਰਕ ਕਰਾ ਦੋ ਜੀ ਫਲਾਨੀਆਂ ਚੀਜ਼ਾਂ ਕਰਾ ਦੋ ਤੇ ਕਿ ਜੀਜ਼ਾ ਕਰਾ ਦੋ ਪੁੱਤਰੋ ਮੈਂ ਸਾਰਾ ਕੁਝ ਕਰਵਾਉਂਗਾ ਕੁਝ ਨਹੀਂ ਛੱਡਦਾ ਜਿਹਨ ਮੈਂ ਜ਼ਿੰਮੇਵਾਰੀ ਲਈ ਲਈ ਹੈ ਹੁਣ ਤੁਹਾਡੀ ਠੀਕ ਹੈ ਸਾਰਾ ਕੁਝ ਕਰਵਾਉਂਗਾ ਟੈਨਸ਼ਨ ਨਾ ਲੋ ਪਹਿਲਾਂ ਜਿਹੜਾ ਚੀਜ਼ਾਂ ਉਹ ਯਾਦ ਕਰ ਲਓ ਕਰੰਟ ਅਫੇਅਰ ਯਾਦ ਹੁੰਦੇ ਆ ਡੇਲੀ ਠੀਕ ਹੈ ਉਹਦੋਂ ਮੈਂ ਟੈਸਟ ਲੈਣਾ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਦੇਖਦਾ ਕਿੰਨੇ ਕਿ ਯਾਦ ਹੈਗੇ ਕਿੰਨੇ ਕਿ ਨਹੀਂ ਹੈਗੇ ਇੱਕ ਤਾਂ ਤੁਸੀਂ ਬੈਠੀ ਹੋ ਆਫਲਾਈਨ ਹੋ ਜਾਂ ਆਨਲਾਈਨ ਹੋਵੇ ਨਾ ਡੰਡਾ ਲੈ ਕੇ ਸੋ ਸਾਰਿਆਂ ਨੂੰ ਲੋਡ ਕਰਦਾ ਤੇ ਇੱਕ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਲਾਈਕ ਵੀ ਕਰ ਦਿਓ ਤੇ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ ਠੀਕ ਹੈ ਜੀ ਤੇ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਵਾਦ ਦੇ ਰਹੋ ਤੇ ਆ ਲੈਕਚਰ ਸਮਾਰ ਕੇ ਲਾ ਲਓ ਜੇ ਕਿਸੇ ਘਾਟ ਆਈ ਤਾਂ ਮੈਂ ਬੈਠਾਂਗਾ ਓਕੇ ਜੀ